6 ਕਿਲੋ ਖਾ ਕੇ ਤੇ ਮੈਂ ਕੱਪ ਜਿੱਤਿਆ ਸਾਂ ਜਦੋਂ ਮੈਂ ਭਗਵਾਨੀ ਕਰਨਾ ਸਾਂ। ਉਹ ਤੋਂ ਬਾਅਦ ਹੀ ਤੈਨੂੰ ਖਲੀਫ ਹੈ, ਸ਼ੂਗਰ ਹੋਈ ਸੀ ਨਾ ਕੱਪ ਤੋਂ ਬਾਅਦ। ਆ ਮੇਰਾ ਕੁੱਕੜ ਬੋਲਿਆ। ਓਏ ਕੁੱਤਾ ਭੌਂਕਿਆ ਈ ਓਏ। ਇਹ ਕਿਹੜੇ ਕਿਤੇ ਕੁੱਕੜ ਨੂੰ ਕੁੱਤੇ ਦੀ ਪੇਂਦ ਕਰਾਈ ਆ। ਮੇਰੇ ਪਿਓ ਨੇ ਮੈਨੂੰ ਸਟਾਰਟ ਬਚਪਨ 'ਚ ਮੈਨੂੰ ਦੇਸੀ ਘਿਓ ਮੱਖਣ ਖਵਾਏ, ਮੇਰੇ ਪੁੱਤਰ ਨੇ ਭਲਵਾਨ ਬਣਨਾ। ਅਸੀਂ ਵੀ ਪਿੰਡ 'ਚ ਹੀ ਕਿਹੜੇ ਵੇਲੇ ਤੈਨੂੰ ਚੋਰੀ ਖਵਾਉਂਦਾ ਰਿਹਾ। ਬਿਲਕੁਲ, ਜਦੋਂ ਬੱਚੇ ਦਾ ਤੁਸੀਂ ਪੈਂਪਰ ਲਾਓ ਤੇ ਇਹਨੂੰ ਤੁਸੀਂ ਬਿਲਕੁਲ ਉੱਥੇ ਮਲ ਦਿਓ, ਇਨਸ਼ਾਅੱਲਾ ਤਾਲਾ ਉਹ ਰੈਸ਼ ਨਹੀਂ ਪੈਣਗੇ। ਮਲ ਦਿਓ ਕਿਹੜਾ ਲਫ਼ਜ਼ ਹੁੰਦਾ ਪੰਜਾਬੀ 'ਚ? ਮਲ ਦੇ ਕਹਿੰਦੇ, ਲਾ ਦਿਓ ਲਾ ਦਿਓ ਲਾ ਦਿਓ ਜੀ। ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾ। ਮੈਂ ਤੈਨੂੰ ਕੀ ਦੱਸਾਂ ਨਹਿਤਿਆ, ਤੇਰੇ ਪਤਰੀਏ ਹੁਣ ਮੈਨੂੰ ਖੇਤਾਂ 'ਤੇ ਨਹੀਂ ਜਾਣ ਦਿੰਦੇ, ਕਹਿੰਦੇ ਅਸੀਂ ਆਪ ਕਰਾਂਗੇ ਕੰਮ। ਮੈਂ ਬਥੇਰਾ ਕਿਹਾ, ਮੈਂ ਘਰ ਪਿਆ ਪਿਆ ਜੁੜ ਜਾਵਾਂਗਾ ਪੁੱਤਰ। ਕਿਹੜਾ ਕਿਤੇ ਮੰਜੇ 'ਤੇ ਸਮੱਧ ਪਈ ਜਿਹੜਾ ਤੂੰ ਜੁੜਦਾ, ਉਹ ਤੇਰਾ ਖਿਆਲ ਕਰਦੇ ਆ ਵੀ ਹੈ, ਉਮਰ ਦਾ ਵਡੇਰਾ ਹੋ ਗਿਆ, ਆਰਾਮ ਕਰ ਪੁੱਤਰ। ਕਈ ਵਾਰ ਕਰਨਾ ਇਹਨਾਂ ਨੇ ਸਾਰੀਆਂ ਜ਼ਮੀਨਾਂ 'ਤੇ ਮੇਰੀਆਂ, ਅਤੇ ਮੈਨੂੰ ਪਤਾ ਇਹਨਾਂ ਦਾ ਨਹੀਂ। ਇਹ 1 ਕਿੱਲਾ ਜ਼ਮੀਨ ਆ, 9 ਤੇਰੇ ਭਰਾ ਵਾ, 7 ਤੇਰੇ ਗਾਂ ਮੁੰਡੇ ਆ, ਕਿੰਨਾ ਕੁ ਕਬਜ਼ਾ ਕਰ ਲੈਣਗੇ ਉਹ? ਲਓ ਬਾਦਸ਼ਾਹ ਦੱਸੋ, ਮੇਰਾ ਕੋਈ 1 ਕਿੱਲਾ ਹੈ? ਤੂੰ ਵੀ ਪਿੰਡ ਹੀ ਹੋਣਾ, 10 ਮਿੰਟ ਨਹੀਂ ਬਾਦਸ਼ਾਹ, ਤੁਸੀਂ ਸਿਆਣੇ ਗਏ ਇੱਥੇ ਬਹਿੰਦੇ ਪਿੰਡ ਦੇ, ਵੀ ਇਹ ਜੇ ਬਜ਼ੁਰਗਾ ਹੋ ਗਿਆ, ਜੇ ਉਹ ਬੰਦੇ ਆਉਂਦੇ ਆ, ਇਹਦੇ ਪੋਤੇ ਆਉਂਦੇ ਆ ਵੀ ਅੱਬਾ ਤੂੰ ਘਰ ਬਹਿ, ਅਤੇ ਤੈਨੂੰ ਘਰ ਬਹਿਣਾ ਚਾਹੀਦਾ, ਉਹਨਾਂ ਦੀ ਵੀ ਬੇਇੱਜ਼ਤੀ ਕਰਾਉਂਦਾ ਵਾ, ਬਾਹਰ ਤੁਰਿਆ ਫਿਰਦਾ, ਠੇਡਾ ਲੱਗਦਾ ਕਿਤੇ, ਕਿਸੇ ਵੇਲੇ ਤੂੰ ਉਹ ਖਾਲ 'ਚ ਜਾ ਪੈਂਦਾ ਆ, ਅਗਲੇ ਕਹਿੰਦੇ ਤੁਹਾਡਾ ਬਾਬਾ ਪਿਆ ਜੇ ਮੂੰਹ ਖਾਲ ਦੇ ਕੇ। ਨਹਿਤਿਆ ਪਹਿਲੇ ਉਹਨਾਂ ਮੱਝਾਂ ਸਾਰੀਆਂ ਲੈ ਗਏ ਆਪਣੇ, ਜਿੰਨੀਆਂ ਮਈਆਂ ਬੰਨੀਆਂ ਸੀ ਵੇਲੀ, ਵੱਡਾ ਮੁੰਡਾ ਲੈ ਗਿਆ। ਨਹੀਂ ਤੇ ਤੇਰੀ ਘੋਲ ਆ, ਹੁਣ ਤੂੰ ਦੁੱਧ ਪੀਣਾ ਆ, ਹੁਣ ਤੂੰ ਆਖਰਤ ਦੀ ਗੱਲ ਕਰ, ਸਵਾਬ ਦੁਰਾਣੇ ਹਾਸਲ ਕਰ। ਨਹੀਂ ਛੱਡ ਪਰੇ, ਨਹੀਂ ਰੇ, ਹੁਣ ਬਦਲ ਗਈ ਦੁਨੀਆ ਪੁੱਤਰ। ਉਹ ਬਦਲ ਗਈ ਆ, ਮੇਰੀ ਗੱਲ ਸੁਣੋ ਵੀ ਬਾਬਾ ਜੀ, ਹੁਣ ਤੁਸੀਂ ਇੱਥੇ ਬੈਠੇ ਜੇ, ਤੇ ਕਿਹੜੀ ਮੌਤ ਪੈਣ ਡਈ ਤੁਹਾਨੂੰ ਇੱਥੇ ਬੈਠਿਆ? ਇੱਥੇ ਤੁਹਾਨੂੰ ਚਾਹ ਲੱਭਦੀ ਆ, ਤੁਹਾਨੂੰ ਹੱਡ ਰੁਕ ਰੋਟੀ ਟੁੱਕਰ ਲੱਭਦਾ ਆ, ਅਸੀਂ ਤੇ ਹੁਣ ਤਾਂ ਅਸੀਂ ਨਾ ਬੈਠੇ ਹਾਂ ਸਕੂਨ ਦੇ ਨਾਲ। ਓਏ ਸ਼ਹੀਦੇ ਦਾ ਮੁੰਡਾ ਕਿੱਧਰ ਤੁਰਿਆ ਆਉਣ ਡਿਆ ਬਈ? ਵੀ ਇਹ ਮੁੰਡਾ ਜਿਹੜਾ ਹੀ ਆ ਨਾ, ਇਹ ਸਾਰੇ ਪਿੰਡ ਦਾ ਨਾ ਸ਼ਲੂੰਤਰਾ ਮੁੰਡਾ ਹੀ ਉਹ, ਮੈਂ ਤੇ ਇਹਦੇ ਕੋਲ ਨਾ ਕੰਨੀ ਭੰਨ ਕੇ ਤੇ ਚੌਕ ਬਦਲ ਲੈਂਦਾ ਹੀ ਆ। ਚਵਲੀਏ ਨਹੀਂ ਹੁੰਦੇ ਪਿੰਡਾਂ 'ਚ ਨਿਆਣੇ, ਟਿਚਕਰਾਂ ਕਰਦਾ ਪਿਓ ਦੀਆਂ ਉਮਰਾਂ ਦੇ ਅਸੀਂ, ਤੇ ਹਯਾ ਉਹਨੂੰ ਪੱਲੇ ਹਯਾ ਹੋਵੇ ਤੇ ਆਖੇ ਸਿਆਣਿਆਂ ਦਾ। ਉਹ ਡੈਡੀ ਪੱਕੀ ਗੱਲ ਇੱਧਰ ਹੀ ਆਇਆ। ਹਾਂਜੀ ਹਾਂਜੀ। ਉਹ ਸਲਾਮਾਲੇਕੁਮ ਬਾਬਾ ਨਹਿਤਿਆ, ਕੀ ਹਾਲ ਆ? ਬਾਦਸ਼ਾਹ ਠੀਕ ਆ? ਖਲੀਫਾ ਜੀ ਕੀ ਹਾਲ ਆ? ਸ਼ੁਕਰ ਏ, ਉਦਾਂ ਹੀ। ਉਹ ਸਾਡਾ ਕੁੱਕੜ ਤਾਂ ਨਹੀਂ ਇੱਧਰ ਆਇਆ? ਸਾਡਾ ਕੁੱਕੜ ਨਹੀਂ ਇੱਧਰ ਆਇਆ, ਉਹ ਪਹਿਲਾਂ ਫੋਨ ਕਰਕੇ ਆਉਂਦਾ ਆ ਸਾਡੇ ਵੱਲ। ਸਾਡੇ ਵੱਲ ਉਹਦਾ ਕੀ ਕੰਮ ਆ? ਵੱਡੀ ਉਹ ਸਾਰੇ ਪਿੰਡ ਵਾਲੇ ਕਹਿੰਦੇ ਵੀ ਇੱਧਰ ਹੀ ਵੜਿਆ ਵਾ। ਬਈ ਸਾਰੇ ਪਿੰਡ ਵਾਲੇ ਜਿਹੜਾ CCTV ਲਵਾਇਆ ਆ, ਸਾਰਾ ਪਿੰਡ ਹੋਰ ਕੰਮ ਛੱਡ ਕੇ ਸਾਨੂੰ ਵੇਖਣ ਡਿਆ ਸਾਡੇ ਡੇਰੇ ਵੱਲ। ਖਲੀਫਾ ਜੀ, ਹਾਂਜੀ, ਕਿੰਨੀਆਂ ਮੁਰਗੀਆਂ ਆਪਣੇ ਕੋਲ? ਇੱਥੇ ਵਾਧੂ ਨੇ 40-50 ਤੇ ਹੋਣੀਆਂ। ਤੇ ਇੱਕ ਅੱਧਾ ਕੁੱਕੜ ਨਹੀਂ ਆ ਸਕਦਾ? ਜਿਸ ਘਰ ਮੁਰਗੀਆਂ ਆਉਣ ਉੱਥੇ ਕੁੱਕੜ ਆਉਂਦਾ ਹੀ ਆਉਂਦਾ।
ਅਸੀਂ ਵਿੱਚ ਕੁੱਕੜ ਨਹੀਂ ਛੱਡਣਾ, ਬੰਦਾ ਪੁੱਛੇ। ਤੈਨੂੰ ਮੈਂ ਕੀ ਆਖਿਆ ਸੀ, ਇਹ ਰਸ਼ੀਦ ਦਾ ਮੁੰਡਾ ਜੋ ਸ਼ੀਮਾ ਚਵਲ ਨਹੀਂ ਹੁੰਦਾ ਜਿਹੜੇ ਪਿੰਡ 'ਚ। ਡੱਕ ਲੈਣਾ ਸੀ ਤੇਰੇ ਕਹਿਣੇ ਕਾਰਨ ਹੀ ਕੁੱਕੜ ਖੁੱਡੇ ਚ ਖੋਲੀਦਾ ਵੀ ਫਿਰ ਤੁਰਿਆ ਵੀ ਹੁਣ ਜੇਲ ਥੋੜਾ ਹੋਈ ਕੁੱਕੜ ਨਹੀਂ ਟੈਡੀ ਨੇ 14 ਸਾਲ ਬਾਮ ਸ਼ਕਤ ਹੋਈ ਖੁੱਡੇ। ਲੀਫਾ ਜੀ ਤੁਸੀਂ ਗੱਲ ਸੁਣਨ ਡੇ ਜੀ, ਲੀਫਾ ਜੀ ਕੀ ਗੱਲ? ਉਹ ਮੁੰਡਾ ਨੇ ਟੈਡੀ ਨੇ ਵੇਖਿਆ ਕੁੱਕੜ, ਕੁੱਕੜ ਹੀ ਕਿ ਉਹ ਬਾਜ਼ ਹੀ ਜਿਹੜਾ ਅਟਾਰੀ ਮਾਰ ਕੇ ਤੇ ਇੱਥੇ ਪਹੁੰਚ ਗਿਆ ਹੈ। ਦੇਖੋ ਤੁਸੀਂ ਸਾਡੇ ਪਿੰਡ ਦੇ ਹੋ ਬਜ਼ੁਰਗ, ਅਸੀਂ ਤੁਹਾਡੀ ਇੱਜ਼ਤ ਕਰਨੀ ਕਰਨੀ ਆ, ਤੁਸੀਂ ਸਾਨੂੰ ਭਾਵੇਂ ਛਿੱਤਰ ਮਾਰੋ। ਉਹਦੇ ਮਾਰਨੇ ਤੇਰੀ ਕਰਤੂਤਾਂ ਹੀ ਹੋਈਆਂ ਪੁੱਤ, ਮੈਂ ਤੈਨੂੰ ਜਾਣਦਾ ਰਸ਼ੀਦ ਦਾ ਮੁੰਡਾ ਆ ਤੂੰ, ਇਹ ਉਹ ਜੋ ਵੇਖਦਾ ਤਾਂ ਨਹੀਂ ਹੁੰਦਾ ਪਿੰਡ 'ਚ, ਉਹ ਇਹਦਾ ਪਿਓ ਵੀ ਇੱਦਾਂ ਦਾ ਹੀ, ਮੈਨੂੰ ਪਤਾ ਹੱਥੀ ਪੈਂਦਾ ਸੀ ਗੱਲ ਤੇ ਹੱਥੀ ਪੈਂਦਾ ਸੀ। ਅੰਮ੍ਰਿਤਸਰੀ ਆ, ਇਹ ਹੋ ਜਾਂਦਾ ਸਾਡੇ ਇੱਥੋਂ, ਆਪਣੇ ਵੱਡਿਆਂ ਦੀ ਕੁਫੈਜ ਲੈਣਾ ਤੇ ਇੱਜ਼ਤ ਕਰੋ ਮੇਰੇ ਆ ਬੱਚਿਆ। ਤੇ ਖਲੀਫਾ ਜੀ ਤੁਸੀਂ ਕੀ ਇੱਥੇ ਮਤਲਬ ਲੱਸੀ 'ਚ ਲੂਣ ਕਲੋ ਘੋਲਣ ਦਾ ਬੈਠੇ, ਕੀ ਨਿਊਟਰਲ ਕਰ ਲਓ ਇਹਨੂੰ, ਇਹਨੇ ਇਸ ਉਮਰੇ ਨਹੀਂ ਉਜਾਣਾ ਵਧੇਰੇ। ਮੈਂ ਇਹਨੂੰ ਆਖਿਆ ਵੀ ਇਹਨਾਂ ਦੇ ਖਾਨਦਾਨ 'ਚ ਨਾ ਹਜ਼ਾਰ ਵਾਲੀ ਗੱਲ ਹੀ ਕੋਈ ਨਹੀਂ ਗੀ। ਬਾਬਾ ਜੀ ਸਾਡੇ ਸਿਆਣੇ ਕਹਿੰਦੇ ਵੀ ਸਿਆਣੇ ਕੋ ਬਹੁਤ ਸਿਆਣੀ ਮੱਤ, ਬਿਲਕੁਲ ਬੁਰੇ ਕੋ ਬਹੁਤ ਬੁਰੀ ਮੱਤ। ਤੇ ਬੁਰਾ ਕਿਹਨੂੰ ਆਖਿਆ ਜੀ? ਨਾ ਬੁਰਾ ਮੈਂ ਕਿਸੇ ਨੂੰ ਕਹਿੰਦਾ, ਬੁਰਾ ਬੁਰਾ ਮੈਂ ਲੱਭਦੀ ਫਿਰਾਂ, ਮੈਥੋਂ ਬੁਰਾ ਨਾ ਕੋਈ। ਇਹ ਤੇ ਗੱਲ ਸੱਚੀ ਆ, ਵਾਕਈ ਤੇ ਤੋਂ ਬੁਰਾ ਪੂਰੇ ਪਿੰਡ 'ਚ ਕੋਈ ਨਹੀਂ, ਤੁਹਾਡੇ ਬਜ਼ੁਰਗਾਂ ਨਾਲ ਪਿੰਡ 'ਚ ਰਹਿਣਾ ਗਾ। ਤੁਹਾਡੇ ਲਈ ਅਸੀਂ ਦੁਆਵਾਂ ਕਰਨੇ ਆ ਵੀ ਤੁਸੀਂ 100-100 ਸਾਲ ਜ਼ਿੰਦਗੀ ਪਾਓ, ਰੋਲ ਕੇ ਮਰੀਏ ਹੀ ਹੈ ਨਹੀਂ, ਇਹਦਾ ਸਾਡਾ ਵੇਲਾ ਆਊਗਾ ਨਾ। ਚਲੋ ਕੋਈ ਮੱਤ ਦੀ ਗੱਲ, ਕੱਲ ਜਦੋਂ ਮੈਂ ਤੈਨੂੰ ਚੌਂਕੇ ਬੈਠਾ ਵਾ, ਤੂੰ ਬੈਠਾ ਬੋਦੇ ਵਾਹ ਕੇ, ਵੀ ਇਹ ਕੋਈ ਗੱਲ ਹੈ ਉੱਥੇ ਧੀਆਂ ਭੈਣਾਂ ਨੇ ਲੰਘਣਾ ਖਲੀਫਾ, ਵੀ ਬੋਦੇ ਵਾਹ ਕੇ ਚੌਂਕੇ ਖਲੋਤਾ ਰਹਿੰਦਾ ਆ, ਬੁੜੀਆਂ ਵਿਚਾਰੀਆਂ ਦੁਕਾਨੇ ਆਉਂਦੀਆਂ ਸੌਦਾ ਲੈਣ, ਘੁੰਡ ਕੱਢ ਕੇ ਤੇ ਐਂ ਨੂੰ ਜਾਣਾ ਪੈਂਦਾ, ਤੇ ਤੁਸੀਂ ਕੋਈ ਹਜ਼ਾ ਕਰ। ਤੇ ਤੁਸੀਂ ਉਹ ਮੈਡਮ ਨੂਰਜਾਂ ਦਾ ਗਾਣਾ ਨਹੀਂ ਸੁਣਿਆ? ਕਿਹੜਾ? ਪੁੱਠੇ ਸਿੱਧੇ ਬੋਦੇ ਵਾਹ ਕੇ ਛੀਦੇ ਦਾ ਮੁੰਡਾ ਲੰਘਦਾ। ਕੋਲੋਂ ਪਾ ਲਿਆ ਤੂੰ ਫਿਰ, ਇਹਦਾ ਮਤਲਬ ਮੈਡਮ ਸੁਣੀ ਆ? ਨਹੀਂ, ਇਹ ਨੂਰਜਾਂ ਨੇ ਕਿਹੜੀ ਤੇਰੇ ਪਿਓ ਨਾਲ ਰਿਸ਼ਤੇਦਾਰੀ ਕੀਤੀ ਜਿਹੜਾ ਸ਼ਹੀਦੇ ਦਾ ਮੁੰਡਾ ਲੰਘਦਾ ਨਹੀਂ? ਉਹ ਨਹੀਂ, ਮੈਂ ਇਹੀ ਲਿਆਇਆ ਕਿ ਚਲੋ ਕੋਈ ਸਿਆਣੀ ਗੱਲ ਲੱਭ ਜਾਏ। ਅਸੀਂ ਕੋਈ ਆਪਣੇ ਕੰਮ ਤੇ ਜਾਂਦੇ ਆ, ਸਾਰਾ ਦਿਨ ਮੈਂ ਅੱਡੇ ਤੇ ਬਹਿ ਕੇ ਆ ਜਾਂਦਾ, ਕੰਮ ਲੱਭਦਾ ਹੀ ਨਹੀਂ। ਲੋਕ ਕਿੱਡੇ ਵਧੀਆ ਕੱਪੜੇ ਪਾ ਕੇ ਤੇ ਅੱਡਿਆਂ ਤੇ ਬੈਠਾ ਰਹਿੰਦਾ, ਨਹੀਂ ਉਹ ਕੰਮ ਵਾਲੇ ਕੱਪੜੇ ਪਾ ਕੇ ਜਾਂਦਾ ਮੈਂ। ਅੱਛਾ, ਮੈਂ ਤੈਨੂੰ ਦੱਸਾਂ, ਤੇਰੇ ਕੋਲ ਕੋਈ ਹਜ਼ਾਰ ਵਾਲਾ ਕੰਮ ਕੋਈ ਨਹੀਂ ਅੱਡੇ ਜਾਂਦਾ ਆ ਹੈ? ਉਹ ਮਜ਼ਦੂਰਾਂ ਵਾਲੇ ਅੱਡੇ ਜਾਂਦਾ ਵਾਂ, ਤੇ ਬਾਅਦ 'ਚ ਕਹਿਣਾ ਮਜ਼ਦੂਰ ਵੀ ਪਾ ਵਿੱਚ, ਉੱਥੇ ਜਾਣਾ ਨਹੀਂ ਕੰਮ ਹੈਗਾ, ਮਹਿੰਗਾਈ ਇੰਨੀ ਹੋ ਗਈ ਆ, ਤੁਹਾਡੇ ਦੌਰ ਚੰਗੇ ਸਨ। ਪੁੱਤਰ ਸਾਡੇ ਦੌਰ 'ਚ ਬੋਧਿਆਂ ਦੀ ਗੱਲ ਸੁਣ ਲਓ, ਨਹਿਤਿਆ ਤੈਨੂੰ ਯਾਦ ਹੋਏਗਾ ਅਸੀਂ ਪਿੰਡ ਚੌਕ 'ਚ ਬਹਿਣਾ ਹੈ, ਧੀਆਂ ਭੈਣਾਂ ਦੂਰੋਂ ਦੁਪੱਟੇ ਲੈਣੇ, ਅਸੀਂ ਮੂੰਹ ਥੱਲੇ ਕਰ ਲੈਣੇ, ਅਸੀਂ ਆਪ ਜਵਾਨੀ ਐਡੀ ਸੋਹਣੀ ਕੱਟੀ ਅੱਜ ਕੱਲ੍ਹ ਦੇ। ਦੱਸੋ ਬਾਦਸ਼ਾਹ ਜੀ, ਇਹ ਤੂੰ ਚੋਰੀ ਚੋਰੀ ਵੇਖਦਾ ਹੋਣਾ ਸਰ, ਕੱਦ ਨਿੱਕਾ ਸੀ ਨਾ, ਹੇਠੋਂ ਦੀ ਵੇਖ ਲੈਂਦਾ ਸੀ, ਐਵੇਂ ਇਹਨੇ ਕਹਿਣਾ ਉਹ ਬਸ਼ੀਰ ਅਲੀ ਯੂ। ਨਹੀਂ ਅੱਜ ਕੱਲ੍ਹ ਤੇ ਖਲੀਫਾ ਜੀ, ਤਾਇਆ ਨੇਤਾ ਬਾਦਸ਼ਾਹ, ਤੁਸੀਂ ਬਜ਼ੁਰਗ ਆਦਮੀ ਹੋ, ਬਿਲਕੁਲ ਮਹਿੰਗਾਈ ਨੇ ਤੇ ਨਾ ਮੱਤ ਮਾਰੀ ਆ ਦੁਨੀਆਂ, ਯਕੀਨ ਕਰੋ ਵਿਚਾਰਾ ਵੀ ਪਹਿਲੇ ਇੱਕ ਬੰਦਾ ਕਮਾਉਂਦਾ ਸੀ ਤੇ ਨੌ ਖਾਂਦੇ ਸੀ, ਉਹ ਹੁਣ ਜ਼ਮਾਨੇ ਗਏ ਪੁੱਤ, ਉਹ ਸਾਡੇ ਵਾਲੇ ਜ਼ਮਾਨੇ ਚੜੇ ਗਏ, ਨਾ ਖਾਣ ਵਾਲੀਆਂ ਸ਼ੈਵਾਂ ਰਹਿ ਗਈਆਂ, ਉਹਦੇ ਵਿੱਚ ਮਿਲਾਵਟਾਂ ਹੋ ਗਈਆਂ। ਨਹੀਂ ਸਾਡੇ ਸਾਡੇ ਦੌਰ ਦੇ ਦਵਾਣੇ ਰਲਣਾ ਹੀ ਨਾ ਦਵਾਣਾ, ਮੈਂ ਕਹਿੰਦਾ ਉਹ ਸਾਡੇ ਵਾਲੇ ਦਵਾਣੇ ਦੀ ਸ਼ਾਨ ਹੀ ਹੋਰ ਸੀ। ਕਿਹੜੀ ਸ਼ਾਨ ਸੀ? ਕੱਟਣ ਤੋਂ ਪਹਿਲੇ ਅਸਤਬਾਜ਼ੀ ਹੁੰਦੀ ਸੀ ਉੱਥੇ, ਸਲੂਟ ਵੱਜਦੇ ਸੀ ਦਵਾਣੇ ਨੂੰ, ਦਵਾਣੇ ਉਹ ਹੀ ਆ ਉੱਥੇ, ਅਸੀਂ ਡੇਰੇ ਤੇ ਦਵਾਣਾ ਕੱਟਣਾ ਤੇ ਪਿੰਡ ਪਤਾ ਲੱਗ ਜਾਣਾ, ਸੂਆ ਨਿਕਲਿਆ, ਏਡੀਆਂ ਖਾਲਸ਼ ਐਵਾਂ। ਮੈਂ ਨਾ ਦਵਾਣਾ ਖਲੀਫਾ ਲਾਲ ਦਵਾਣਾ ਨਿਕਲਣਾ
ਤੇ ਸਾਰੇ ਲਾਗੇ ਲਾਗੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਜਿਹੜੇ ਐਨ ਖੂਨੀ ਰਿਸ਼ਤੇ, ਉਹਨਾਂ ਨੂੰ ਜਾ ਕੇ ਸੱਦਾ ਦੇਣਾ, ਸਾਡਾ ਲਾਲ ਦਵਾਣਾ ਨਿਕਲਿਆ ਜੇ ਸ਼ਾਮੀ ਤੁਹਾਡੀ ਦਾਵਤ ਹੈ। ਬਸ ਇੱਦਾਂ ਹੀ ਆ, ਕਿਸੇ ਦੀ ਔਲਾਦ ਗੰਦੀ ਨਿਕਲਣ ਦੀ, ਕਿਸੇ ਦਾ ਦਵਾਣਾ ਲਾਲ ਨਿਕਲਣ ਦਾ। ਸ਼ੀਤੇ ਦੀ ਨਿਕਲਣਾ ਹੀ ਗੰਦੀ, ਸਾਨੂੰ ਪਤਾ ਨਹੀਂ। ਉਹ ਮੈਂ ਦਵਾਣਾ ਤੇ ਹੁਣ ਵੀ ਲਾਲ ਹੀ ਨਿਕਲਦਾ, ਕੋਈ ਏਡਾ ਰੌਲਾ ਨੀ, ਮਹਿੰਗਾ ਬਹੁਤ ਹੋ ਗਿਆ। ਉਹ ਮਹਿੰਗਾ ਹੋ ਗਿਆ ਪੁੱਤ, ਉਹ ਦਵਾਣੇ ਕੋਈ ਨੀ ਰਹੇ। ਕਿਉਂ ਹਾਏ ਦਵਾਣਾ ਨੂੰ ਐ ਕਰਕੇ ਕੱਟਣਾ, ਵੀ ਕਿੱਦਾਂ ਦੇ ਬੀਜ ਨਿਕਲਣੇ, ਉਹ ਬੀਜ ਨੀ ਰਹੇ ਹੁਣ। ਇੰਨੇ ਬੀਜ ਨਿਕਲਣੇ ਛੀਮਿਆ, ਓਏ ਹੋਏ ਹੋਏ, ਸ਼ਾਮ ਤੱਕ ਅਸੀਂ ਬਹਿ ਕੇ ਬੀਜ ਗਿਣਦੇ ਰਹਿਣਾ। ਉਹਦੇ ਤੋਂ ਤਕਰੀਫਾ ਗੱਲ ਚੱਲੀ ਜਾ ਰਿਹਾ, ਕੁੱਤੇ ਦਾ ਬੀਆ ਗਾਲਾ ਤਾਇਆ ਨੈਤਿਆ, ਇਹ ਇੰਜ ਨੀ ਕਹੀਦਾ ਹੁੰਦਾ। ਬੜਾ ਖਰਬੂਜਾ ਹੀ ਸਾਡੇ ਇਲਾਕੇ ਦਾ, ਨਹੀਂ ਮਾਣ ਮੈਂ ਕਹਿੰਦਾ ਖਰਬੂਜਾ ਇੰਜ ਕਰਕੇ ਸੁੰਘਣਾ ਖੁਸ਼ਬੂ ਤੇ ਫਿੱਕਾ ਤੇ ਸੁੱਟ ਦੇਣਾ ਪਰੇ। ਅਸੀਂ ਕਹਿਣਾ ਵੀ ਨਹੀਂ, ਕੋਈ ਹੋਰ ਵਿੱਚ ਵਿਖਾ ਕੋਈ, ਤੇ ਸੁੰਘ ਕੇ ਪਤਾ ਲੱਗਦਾ ਖਰਬੂਜਾ ਮਿੱਠਾ। ਪੋਤੋ ਤੇ ਹੁਣ ਸਮੈਲਾਂ ਹੀ ਨਹੀਂ, ਉਹ ਖਰਬੂਜੇ ਦੀਆਂ ਸ਼ਾਨਾਂ ਹੀ ਨਹੀਂ ਰਹੀਆਂ। ਉਹ ਸ਼ਾਨਾਂ ਕਿਹੜੀਆਂ ਹੁਣ, ਮਤਲਬ ਖਰਬੂਜੇ ਨੇ ਕੋਈ ਟੂਥ ਪਾਇਆ ਹੁੰਦਾ ਸੀ। ਓਏ ਆ ਕੁੱਕੜ ਮੇਰਾ ਬੋਲਣ ਦਿਆ, ਓਏ ਨਹੀਂ ਗਾ, ਉਹ ਕਾਕਾ ਬਹਿ ਜਾ, ਸਾਰੇ ਕੁੱਕੜ ਗੂੰਗੇ ਨੇ, ਸਿਰਫ ਤੇਰਾ ਹੀ ਬੋਲਣ ਵਾਲਾ, ਉਹਨਾਂ ਆਪ ਰੱਖੇ ਨੈਤ ਹੋਣਾ। ਉਹ ਖਲੀਫਾ ਮੈਂ ਉਹਦੀ ਆਵਾਜ਼ ਪਛਾਣ ਲਈ ਆ, ਮੈਨੂੰ ਵਾਜ਼ਾ ਮਾਰਨ ਦਿਆ ਜੀ। ਉਹ ਤੇਰਾ ਕੁੱਕੜ ਕੁਮਾਰ ਸਾਨੂੰ ਇਹ ਆਵਾਜ਼ ਪਛਾਣ ਲਈ, ਤੂੰ ਉਹਦੀ ਉਹੀ ਕੁੱਕੜ ਦੀਆਂ ਬਾਂਗਾਂ ਜਿੱਦਾਂ ਦੀਆਂ ਹੁੰਦੀਆਂ ਨੇ। ਅੱਛਾ ਖਲੀਫਾ ਜੀ, ਤੁਹਾਨੂੰ ਮੈਂ ਵੇਖਣਾ ਨਾ, ਮੈਨੂੰ ਆਪਣੇ ਅੰਮ੍ਰਿਤਸਰ ਦੇ ਨਹੀਂ, ਆਪਣਾ ਲਖਵਿੰਦਰ ਉਹਨਾਂ ਦਾ ਤਾਇਆ ਜਿਹੜਾ ਵਡਾਲੀ, ਬਹੁਤ ਵਧੀਆ ਗਾਉਂਦੇ ਕਲਾਸੀਕਲ, ਯਕੀਨ ਕਰੋ ਤੁਸੀਂ ਯਾਦ ਆ ਉਹਨਾਂ ਦੀ ਤਾਜ਼ਾ ਕਰ ਦਿੰਦੇ ਹੋ। ਬੜੀ ਮਿਹਰਬਾਨੀ ਤੁਹਾਡੀ, ਉਹਨਾਂ ਨਾਲ ਨਾ ਫੇਸ ਬਹੁਤ ਮਿਲਦਾ, ਭਲਵਾਨੀ ਕੰਮ ਆ ਉਹ ਵੀ। ਭਲਵਾਨੀ ਅਸੀਂ ਕੀਤੀ, ਮੈਂ ਲੜਿਆ ਹੀ ਬਹੁਤ ਆ ਪੁੱਤਰ, ਬਿਮਾਰੀ ਨਾ ਲੀਫਾ ਜੀ। ਹਾਂਜੀ, ਉਹ ਮੈਂ ਵੀ ਇਸੇ ਪਿੰਡ ਹੀ ਰਿਹਾ ਵਾਂ, ਤੂੰ ਕਿਹੜੇ ਵੇਲੇ ਭਲਵਾਨੀ ਕਰ ਲਈ? ਮੈਂ ਇਹੀ ਖਾੜਾ ਬਣਾਉਣਾ, ਇੱਥੇ ਮੇਰੇ ਪਿਓ ਨੇ ਖਾੜਾ ਬਣਾਇਆ ਪਹਿਲੀ ਵਾਰੀ ਪਸੀਨੇ। ਪਹਿਲੇ ਤੁਸੀਂ ਖਾੜੇ 'ਚ ਨੱਚਦੇ ਹੁੰਦੇ ਸੀ ਨਾ, ਕਹਿੰਦੇ ਅਸੀਂ ਖਾੜਾ ਲੱਗਣਾ ਇੱਥੇ। ਪਿਓ ਵਾਲਾ ਖਾੜਾ ਨਹੀਂ ਪੁੱਤਰ, ਭਲਵਾਨੀ ਵਾਲਾ। ਉਹ ਹੁਣ ਦੌਰ ਕਿੱਥੇ ਰਹਿ ਗਿਆ ਛੀਮਿਆਂ ਪੁੱਤ, ਵੀ ਘਰਦਿਆਂ ਨੇ ਇੱਕ ਆਨਾ ਦੇਣਾ ਤੇ ਤੁਹਾਡੇ ਆਨੇ ਬਾਹਰ ਆ ਜਾਣੇ, ਕਿਹੜਾ ਗਰਮ ਕਰਕੇ ਦੇਣਾ ਹੁੰਦਾ ਸੀ। ਘਰਦਿਆਂ ਨੇ ਆਨਾ ਦੇਣਾ ਤੇ ਟਕੇ ਟਕੇ ਦੀਆਂ ਗੱਲਾਂ ਕਰਨੀਆਂ, ਆਨਾ ਘਰਦਿਆਂ ਨੇ ਦੇਣਾ ਤੇ ਦੋਸਤਾਂ ਨੂੰ ਕਹਿ ਦੇਣਾ ਘਰੋਂ ਘਰੀ ਜਾ ਕੇ ਆਇਓ, ਅੱਜ ਨਾ ਮੇਰੇ ਅੱਬੇ ਨੇ ਆਨਾ ਦਿੱਤਾ ਆ। ਬਾਦਸ਼ਾਹ ਨਾਲ ਹੀ ਹੁੰਦਾ ਸੀ, ਮੈਂ ਕਿਹਾ ਬਾਦਸ਼ਾਹ ਨੂੰ ਵੀ ਕਹਿਣਾ ਨਾਲ ਅਸੀਂ ਤੁਰ ਪੈਣਾ ਸਾਰਿਆਂ ਨੇ। ਫਿਰ ਉਹਨਾਂ ਨੇ ਕਹਿਣਾ ਵੀ ਹੁਣ ਨਾ ਦੱਸੋ ਵੀ ਖਾਈਏ ਕੀ, ਕਿਸੇ ਨੇ ਕਹਿਣਾ ਮੈਂ ਮਟਨ ਕੜਾਈ ਖਾਣੀ ਆ, ਉਹ ਕਿਸੇ ਨੇ ਕਹਿਣਾ ਉਦੋਂ ਕਿੱਥੋਂ ਆ ਗਈ ਮਟਨ ਕੜਾਈ, ਉਹ ਬੱਕਰਾ ਤੇ ਹੁੰਦਾ ਸੀ। ਮੈਂ ਹੁਣ ਦੇ ਨਾਂ ਸੁਣੇ ਆ ਵੀ ਕਿਸੇ ਨੇ ਕਹਿਣਾ ਮੈਂ ਬੱਕਰਾ ਖਾਣਾ, ਕਿਸੇ ਨੇ ਕਹਿਣਾ ਮੈਂ ਆਨੇ 'ਚ ਨਾ ਦਮ ਪੁਖਤ ਨਾ ਬਣਾ ਲਈਏ। ਦਮ ਪੁਖਤ ਕਦੋਂ ਆ ਗਏ ਉੱਥੇ, ਦਮ ਪੁਖਤ ਉਦੋਂ ਤੇ ਇਹਨਾਂ ਡਿਸ਼ਾਂ ਦੇ ਨਾਂ ਹੀ ਨਹੀਂ ਸੀ ਹੁੰਦੇ। ਭੁੱਜੇ ਗੋਸ਼ਤ ਰੱਖ ਕੇ ਨਾ ਉੱਥੇ ਦਾਬੜਾ ਮੁੱਦਾ ਮਾਰ ਕੇ ਤੇ ਕੋਲੇ ਪਾ ਦੇਈਦੇ ਸੀ, ਉਦੋਂ ਦਾ ਦਮ ਪੁਖਤ ਉਹ ਹੁੰਦਾ ਸੀ। ਅੱਛਾ, ਉਹ ਦਮ ਪੁਖਤ ਸੀ, ਜਿੱਦਾਂ ਹੁਣ ਤੁਹਾਡਾ ਵੀ ਦਮ ਪੁਖਤ ਹੋਣ ਵਾਲਾ। ਸਾਡਾ ਕੱਥ ਹੋਣ ਵਾਲਾ, ਤੇ ਉਹ ਪੋਤੋ ਸਮਝਾ ਰਹੀਆਂ ਨਹੀਂ, ਉਹ ਗੱਲਾਂ ਹੀ ਨਹੀਂ ਰਹੀਆਂ। ਉਹ ਨਹੀਂ ਨਹੀਂ, ਤੁਸੀਂ ਵੀ ਨਹੀਂ ਰਹਿਣਾ, ਰਹਿਣਾ ਰੱਬ ਦਾ ਨਾਂ ਹੀ ਆ। ਲੀਫਾ ਜੀ, ਮੇਲੇ ਲੱਗਣੇ, ਓਏ ਹੋਏ ਹੋਏ ਹੋਏ, ਸਾਲ ਬਾਅਦ ਮਾਧੋ ਲਾਲ ਸਹਿਣ ਦਾ ਮੇਲਾ, ਮਾਧੋ ਲਾਲ ਸਹਿਣ ਦਾ ਮੇਲਾ ਵਾ ਤੇ ਅਡੀਕਣਾ। ਮੈਂ ਡੋਲੀ ਨਾਲ ਲਮਕ ਕੇ ਆਉਣਾ, ਉਹਨਾਂ ਹੈ ਥੱਲੇ ਜਵਾਨੀ ਧੋਤੀ ਪਾ ਕੇ, ਧੋਤੀ ਵੀ ਪਾਈ ਹੁੰਦੀ ਸੀ ਪਰ ਬੜੇ ਟੈਕਟ ਨਾਲ ਐਂ ਕਰਕੇ ਫੜ ਲੈਣੀ ਲੱਤਾਂ। ਉਹ ਫਿਰ ਉਹ ਨਹੀਂ ਤੇ ਫਿਰ ਕੰਮ, ਤੈਨੂੰ ਪਤਾ ਵੀ ਥੱਲੇ ਬੀਬੀਆਂ ਬੈਠੀਆਂ ਹੁੰਦੀਆਂ ਸੀ ਪੰਘੂੜੇ ਨਾਲ ਲਮਕ ਕੇ। ਓਹੋ, ਸਾਲ ਹੁਣ ਹੋਰ ਰਹੀ ਪੁੱਤ ਰਹੇ ਸਾਡਾ ਸਾਲ, ਅਡੀਕਣਾ ਕਰ ਕਦੋਂ ਮੇਲਾ ਆਉਂਦਾ ਆ। ਮੇਰਾ ਕੁੱਕੜ ਬੋਲਣ ਦਿਆ ਵੇ, ਉਹ ਯਾਰ ਸਾਡੇ ਇੱਥੇ ਕੋਈ ਕੁੱਕੜ ਨਹੀਂ, ਸਾਡਿਆਂ ਦੀ ਕੀ ਸ਼ਾਰਕ ਵੱਡੀ ਹੋਈ ਹੈ।
ਪੁੱਤ ਹੁਣ ਕਿਰ ਤੇਰੇ ਖਾਤਰ ਅਸੀਂ ਸਾਇਲੈਂਟ 'ਤੇ ਲਾ ਦਈਏ ਕੁੱਕੜ, ਹੁਣ ਬੋਲਣਾ ਹੀ ਆ ਉਹਨਾਂ ਨੇ, ਅਤੇ ਤੇਰਾ ਨਿੰਘਾ ਅਸੀਂ ਤੈਨੂੰ ਚਿੱਟੀ ਦਾੜੀ ਧੌਲੀ ਦਾੜੀ ਕਹਿਣ ਡੇ ਹਾਂ, ਵੀ ਤੇਰਾ ਇੰਨਾ ਕੋਈ ਨਿੰਘਾ ਸ਼ੇਰ ਖਾਂ। ਸ਼ੇਰ ਖਾਂ ਬਹੁਤ ਅੱਛੇ, ਕੁੱਕੜਨਾ ਹੋ ਗਿਆ, ਸੁਲਤਾਨ ਰਾਈ ਦਾ ਘੋੜਾ ਹੀ ਹੋ ਗਿਆ। ਉਹ ਟੈਡੀ ਹੁਣ ਇਹਦੇ ਮੁੱਕਰ ਹੀ ਗਿਆ, ਇੱਥੇ ਕੁੱਕੜ ਹੈ ਕਿਤੇ ਖਾ ਖੂ ਤਾਂ ਨਹੀਂ ਲੈ ਪਕਾ ਕੇ? ਉਹ ਸੜਕੋ ਆਪਣਾ ਮਾਲ ਡੰਗਰ ਬੜਾ ਆ, ਅਸੀਂ ਕਿਉਂ ਤੇਰਾ ਖਾਣਾ? ਹੁਣ ਤਾਂ ਇਹ ਨੇਤੇ ਉਹ ਮੇਲੇ ਨਹੀਂ ਰਹੇ। ਮੈਂ ਕਿਹਾ ਮੇਲੇ ਜਾਣਾ, ਮੇਲਾ ਚਿਰਾਗਾਂ, ਚਿਰਾਗਾਂ ਦਾ ਮੇਲਾ ਹੋਣਾ, ਮੈਂ ਗੱਭਰੂ ਸੀ ਉਦੋਂ, ਲੰਮੇ ਕਿੱਡੇ ਖਾਲਸ ਹੋਣੇ, ਤੇ ਐਂ ਚੜ੍ਹਤ ਹੋਣੀ ਮੇਰੀ, ਐਂ ਰੰਗ ਦੀਆਂ ਲਾਲੀਆਂ ਭਖਣੀਆਂ ਮੇਰੀਆਂ ਹੋਰ ਕਿਹਦੀਆਂ। ਖੁਦਾ ਦਾ ਖੌਫ ਖਾ, ਹੁਣ ਬੁੱਢੇ ਬਾਰੇ ਇੱਦਾਂ ਦੀਆਂ ਗੱਲਾਂ ਕਰਦਾ ਚੰਗਾ ਲੱਗਣਾ ਤੂੰ? ਉਹਨੂੰ ਕਿਹੜਾ ਪਤਾ ਆ? ਹਾਂ ਬੜੀ ਲਾਲੀ ਭਖਣੀ ਬਈ ਨੈਤੇ ਤੇ, ਓਏ ਹੋਏ ਹੋਏ, ਲੋਕਾਂ ਕਹਿਣਾ ਹੋਰੇ ਕਤਲੰਮਾ ਹੀ ਖਾਂਦਾ ਸੁਬਾ ਸ਼ਾਮ, ਏਡਾ ਲਾਲ ਹੋ ਗਿਆ। ਕਤਲੰਮੇ ਚੱਲਣੇ ਨਹੀਂ, ਉਦੋਂ ਤਾਂ ਜਲੇਬੀਆਂ ਵੀ ਸੁਣਿਆ ਪਾਈ ਪਾਈ ਕਿਲੋ ਸ਼ਰਤ ਲਾ ਕੇ ਖਾ ਜਾਂਦੇ। 6 ਕਿਲੋ ਖਾ ਕੇ ਤੇ ਮੈਂ ਕੱਪ ਜਿੱਤਿਆ ਸਾਂ, ਭਗਵਾਨੀ ਕਰਨਾ ਸਾਂ। ਉਹ ਤੋਂ ਬਾਅਦ ਹੀ ਤੈਨੂੰ ਖਲੀਫ ਹੈ ਸ਼ੂਗਰ ਹੋਈ ਸੀ ਨਾ, ਕੱਪ ਤੋਂ ਬਾਅਦ। ਉਦੋਂ ਹਲੇ ਪਤਾ ਵੀ ਨਹੀਂ ਸੀ ਸ਼ੂਗਰ ਕੀ ਹੁੰਦੀ, ਮੈਨੂੰ ਉਦੋਂ ਹੋ ਗਈ। ਉਦੋਂ ਵੈਸੇ ਡੰਡਿਆਂ ਦੀ ਲੜਾਈ ਹੁੰਦੀ ਸੀ, ਅਸਲਾ ਉਸਲਾ ਤੇ। ਮੈਂ ਕਹਿੰਦਾ ਵੇਖੋ ਕਿਹੇ ਨਦਾਨੀ ਦੇ ਜ਼ਮਾਨੇ ਸੀ, ਵੀ ਘਰੋਂ ਵੀ ਘਰੋਂ ਮੇਲਾ ਵੇਖਣ ਜਾਣਾ ਤੇ ਚੜੋਕੜਾਂ ਹਾਕੀਆਂ ਫੜ ਲੈਣੀਆਂ ਹੱਥ 'ਚ। ਉਹ ਵੀ ਹੁੰਦਾ ਸੀ ਸੱਪ, ਉਹ ਕਾਨੇ ਵਾਲਾ, ਐਂ ਜਿਹੜਾ, ਐਂ ਅਸੀਂ ਭੱਜ ਉੱਠਣਾ, ਉਹਨੇ ਇੰਝ ਕਰਨਾ ਮੈਂ ਭੱਜ ਉੱਠਣਾ, ਮੈਂ ਕਹਿਣਾ ਲੈ ਵੀ ਉਹ ਸਹੀ ਸੱਪ ਆ ਗਏ। ਉਦੋਂ ਤੇਰੇ ਵਰਗੇ ਚਵਲ ਬੰਦੇ ਕੋਈ ਨਹੀਂ ਸੀ, ਨਾ ਐਡੇ ਸ਼ਾਤਰ ਲੋਕ ਹੁੰਦੇ ਸੀ, ਤੇ ਖਲੀਫਾ ਖੁਸਰੇ ਖੁਸਰੇ ਵੀ ਆਉਂਦੇ ਸੀ ਮੇਲੇ 'ਚ। ਬੜੇ ਪੁੱਤਰ ਮੈਂ ਤੇ ਬੜੇ ਖੁਸਰੇ ਨੱਚਦੇ ਸੀਗੇ, ਨੱਚੀ ਜਾਣ, ਅਸੀਂ ਕਹਿਣਾ ਵੀ ਅਸੀਂ ਗੱਭਰੂ ਤੇ ਕਿੱਥੇ ਖੁਸਰੇ, ਪੈਸੇ ਤੇ ਹੁੰਦੇ, ਵੇਖਣੇ ਅਸੀਂ ਰੱਜ ਕੇ ਖੁਸਰਿਆਂ ਤੇ, ਅਸੀਂ ਕਣਕ ਲੁਟਾਉਣੀ, ਮਕਈ ਸੁੱਟ ਦੇਣੀ, ਛੱਲੀਆਂ ਮਾਰਨੀਆਂ, ਉਹਨਾਂ ਨੂੰ ਪੈਸੇ ਤੇ ਹੁੰਦੇ ਨਹੀਂ, ਪੈਸੇ ਨਹੀਂ, ਉਦੋਂ ਆਟਾ ਦੇ ਦੇਣਾ, ਮਤਲਬ ਗੁੜ ਗੁੜ ਦੇ ਦਿੰਦੇ ਸੀ ਮੇਰਾ ਅੱਬਾ ਕਹਿੰਦਾ, ਵੇਟ ਚੁੱਕਣੇ। ਇਹ ਜਦੋਂ ਤੇਰਾ ਵੱਡਾ ਮੁੰਡਾ, ਜਦੋਂ ਤੇਰਾ ਵੱਡਾ ਮੁੰਡਾ ਹੋਇਆ, ਆਹ ਕਿੰਨੀ ਕਣਕ ਸੁੱਟੀ ਅਸੀਂ ਖੁਸਰਿਆਂ ਤੇ, ਓਏ ਹੋਏ ਹੋਏ, ਇਹ ਵੱਖੀ ਵੱਖੀ ਤਾਂ ਖੁਸਰੇ ਵਿੱਚ ਦੱਬੇ ਕਣਕ ਦੇ, ਓਏ ਹੋਏ, ਉਹ ਕਹਿਣ ਬਸ ਕਰੋ, ਅਸੀਂ ਹੁਣ ਰੱਜ ਕੇ ਖੁਸ਼ ਹੋ ਗਏ ਅਸੀਂ, ਉਹਨਾਂ ਅਸੀਂ ਬਾਂਹ ਪੜ ਕੇ ਨਾ ਅਸੀਂ ਕਣਕ 'ਚੋਂ ਕੱਢਿਆ, ਫਿਰ ਉਹਨੇ ਇਕੱਠੀ ਕੀਤੀ। ਫਿਰ ਅਕਸਰ ਸੁਣਿਆ ਖੁਸਰਾ ਕਣਕ 'ਚ ਠੀਕ ਰਹਿੰਦਾ, ਉਹ ਬਾ ਜਿਹੜਾ ਨਿੱਘੀ ਨਿੱਘੀ ਹੁੰਦੀ ਹੈ ਨਾ ਕਣਕ, ਗਰਮ ਹੁੰਦੀ, ਸਰਦੀਆਂ 'ਚ ਹੁੰਦਾ ਸੀ, ਤਸੀਰ ਇਹਦੀ ਗਰਮ ਆ। ਉਹਦੇ 'ਤੇ ਆਂਡੇ ਰੱਖੋ ਤੁਸੀਂ, ਬੱਚੇ ਨਿਕਲਾਂਦੇ 21 ਦਿਨਾਂ ਬਾਅਦ ਕੁੱਕੜੀ ਦੇ, ਐਡੀ ਹੀਟ ਹੁੰਦੀ ਉਹ। ਪੁੱਤ ਵੇਟ ਚੁੱਕਣੇ, ਮੇਲੇ ਜਾਣਾ ਨਾ, ਅਤੇ ਉਹਨਾਂ ਨੇ ਕਹਿਣਾ ਲਓ ਜੀ ਆਹ ਆਹ ਜਿਹੜਾ ਸਭ ਤੋਂ ਜ਼ਿਆਦਾ ਵਜਨ ਵਾਲਾ ਵੇਟ ਆ ਨਾ, ਕਿਹੜਾ ਗੱਭਰੂ ਚੁੱਕਦਾ, ਸਾਰੇ ਪਿੰਡਾਂ ਵਾਲਿਆਂ ਨੇ ਇੱਧਰ ਉੱਧਰ ਹੋ ਜਾਣਾ, ਨਾਲ ਦੇ ਪਿੰਡਾਂ ਵਾਲੇ 249 ਵਾਲੇ, ਉਹ ਪਰੇ ਹੋ ਜਾਣਾ, ਸਾਹੀ ਵਾਲੋਂ ਮੁੰਡੇ ਆਏ ਹੋਣੇ, ਅਤੇ ਚੁੱਕਣਾ ਕਿੰਨੇ ਕਿੰਨੇ, ਤੂੰ ਦੱਸ ਨਾ, ਤੂੰ ਵੀ ਉੱਥੇ ਹੀ ਹੁੰਦਾ ਸੀ। ਮੈਂ ਤੇ ਖੁਦ ਬੜੀ ਭਲਵਾਨੀ, ਮੈਂ ਚੁੱਕਣਾ ਫਿਰ ਮੇਲੇ 'ਚ ਜੀ, ਵੇਟ ਹੋਏ 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 ਹੋਏ, ਬਾਲਾ ਕੱਢ ਦੇਣਾ ਉਹਦਾ, ਨਾਲ ਚੁੱਕ ਕੇ ਤੇ ਹੱਸਣਾ ਐਂ ਕਰਕੇ, ਮੈਂ ਕਿ ਲੋਕਾਂ ਨੂੰ ਲੱਗੇ ਮੈਂ ਘਰ ਵੀ ਚੁੱਕਣਾ। ਵਾਹ ਵਾਹ ਵਾਹ, ਅੱਛਾ ਅਸੀਂ ਜਾਣਾ ਮੇਲੇ, ਪੁੱਤ ਤੇ ਖਲੀਫੇ ਨੂੰ ਨਾ ਆਦਤ ਸੀ ਮਾੜੀ ਮਾੜੀ ਨਾ ਸਿਗਰਟ ਸੁਗਰਟ ਪੀਂਦਾ ਸੀ ਆਪਣੇ ਅੱਬੇ ਦੇ ਕੋਲ, ਉਹਨਾਂ ਲੁਕੋ ਕੇ, ਉਦੋਂ ਬੜੇ ਹਜ਼ਾ ਹੁੰਦਾ ਸੀ, ਤੇ ਅਸੀਂ ਇੱਕ ਅਸੀਂ ਨਾ 8 ਆਨੇ ਦੇਣੇ ਉਹਨੂੰ, ਅਤੇ ਉਹਨੇ ਨਾ ਇੰਜ ਕਰਕੇ ਪਲਾਸਟਿਕ ਦੇ ਕੜੇ ਦੇ ਦੇਣੇ, 10 ਕੜੇ ਆਉਂਦੇ ਸੀ ਉਦੋਂ 8 ਆਨੇ, ਸੀਟਾਂ ਦੀਆਂ ਡੱਬੀਆਂ ਇੰਜ ਕਰਕੇ ਲੱਗੀਆਂ ਹੋਣੀਆਂ, ਇਹ ਐਸਾ ਚਵਲ ਸੀ, ਮੈਂ ਕਿਹਾ ਕੋਈ ਲੰਪ ਦੀ ਸ਼ਾਇਦ ਤੇ ਸੁੱਟ ਦੇ, ਲੰਪ ਦੀ ਸਿਗੜੀ ਜਿਹੜੀ ਹੁੰਦੀ ਸੀ ਕੇਟੂ 'ਤੇ ਸੁੱਟਦਾ, ਇਹਨੇ ਕਹਿਣਾ ਨਹੀਂ ਮੈਂ ਗੋਲਡ ਲੀਫ 'ਤੇ ਸੁੱਟਣੀ ਹੈ, ਸਾਰੇ 10 ਦੇ 10 ਜਾਇਆ ਹੋ ਜਾਣੇ। ਅੱਛਾ ਉਹ ਜਿਹੜਾ ਇੰਜ ਸੁੱਟਦੇ ਸੀ ਜਿਹਦੇ 'ਚ ਪੈ ਗਿਆ, ਅਤੇ ਉਹ ਅਤੇ ਨਾ ਉਹ ਕੁਛ ਵੀ ਨਾ ਹੋਣਾ, ਭਲਾ ਟਾਈਮ ਸੀ ਛੀਮਿਆ, ਅੱਬੇ ਦੀ ਡੱਬੀ 'ਚੋਂ ਸਿਗਰਟ ਕੱਢ ਲੈਣਾ ਚੋਰੀ, ਅੱਬੇ ਵੀ ਐਡੇ ਜਾਵਾਂ ਲੈ, ਉਹਨੇ ਕੋਈ ਗੱਲ ਨਾ ਕਰਨੀ, ਅਤੇ ਮਾਂ ਨੂੰ ਕਹਿਣਾ ਮੈਂ ਰਾਤੀ 16 ਰੱਖੇ ਸੀ ਅਤੇ ਸਵੇਰੇ 15 ਨੇ, ਬਸ ਇਸ ਤੋਂ ਬਾਅਦ ਕੋਈ ਗਿਲਾ ਨਹੀਂ, ਕੋਈ ਲਾਵਾ ਨਹੀਂ। ਇਹ ਪੁੱਤ ਉਹ ਗੱਲਾਂ ਹਜ਼ਾਰ ਹੁਣ ਕਿੱਥੇ ਰਹਿ ਗਏ, ਨਹੀਂ ਨਹੀਂ ਘਰਾਂ 'ਚੋਂ ਬੀਬੀਆਂ ਨਿਕਲਣੀਆਂ
ਅਸੀਂ ਭੱਜ ਕੇ ਘਰਾਂ 'ਚੋਂ ਇੱਕ ਪਾਸੇ ਹੋ ਜਾਣਾ, ਅੰਦਰ ਵੜ ਜਾਣਾ, ਵੀ ਜਿੰਨੀ ਦੇਰ ਉਹਨਾਂ ਨੇ ਕਿਸੇ ਪਾਸੇ ਲਾਂਭੇ ਲੱਗ ਨਹੀਂ ਜਾਣਾ ਅਸੀਂ ਬਾਹਰ ਨਾ ਆਉਣਾ, ਲੰਘਣਾ ਹੀ ਨਾ, ਲੰਘਣਾ ਹੀ ਨਾ। ਨਹਿਰਾਂ ਨੂਹਰਾਂ 'ਚ ਵੀ ਨਹਾਉਂਦੇ ਆ ਨਹਿਰ 'ਤੇ? ਮੈਂ ਜਿਹੜੀ ਨਹੀਂ ਆਪਣੀ BRB ਇਹ ਮੈਂ ਸੀਨਾ ਲਾ ਕੇ ਚੀਰਦਾ ਹੋਇਆ ਦੂਜੇ ਕੰਡੇ 'ਤੇ ਪਹੁੰਚ ਜਾਣਾ। ਹਾਂ, ਇੱਥੇ ਛੁਰੀ ਲਾਈ ਹੁੰਦੀ ਸੀ ਨਾ ਖਲੀਫਾ ਨੇ, ਕਰਕੇ ਚੀਰ ਕੇ ਤੇ ਗਾਂ ਲੰਘ ਗਿਆ ਯਾਰ। ਯੋਰ ਸੀ ਉਦੋਂ ਮੇਰੇ 'ਚ ਜਵਾਨੀ, ਤੈਨੂੰ ਪਤਾ ਮੈਂ ਸਾਰੀ, ਮੈਂ ਤੇ ਆਪ ਮੱਝ ਤੇ ਬਹਿ ਕੇ ਕਦੀ ਨਹਿਰ ਪਾਰ ਕੀਤੀ ਖਲੀਫਾ? ਉਹ ਬਾਦਸ਼ਾਹ ਸਾਡੇ ਤੋਂ ਛੋਟਾ ਸੀ ਨਾ, ਇਹਦੇ ਪੈਰ ਨਹੀਂ ਲੱਗਦੇ ਥੱਲੇ, ਇਹਨੂੰ ਫਿਰ ਮੱਝ ਕੱਲਾ ਇਹ ਮੱਝ ਤੇ ਬਹਿੰਦਾ ਸੀ, ਮੱਝ ਤੇ ਬਹਾ ਦੇਣਾ ਫਿਰ। ਹਾਂ, ਮੱਝ ਤੇ ਕਈ ਵਾਰੀ ਪੂਛਲ ਫੜ ਕੇ ਬਾਦਸ਼ਾਹ ਤੋਂ ਲੰਘ ਗਿਆ ਛੱਪੜ। ਸੁਣਿਆ ਇੱਕ ਵਾਰੀ ਬਾਦਸ਼ਾਹ ਦਿੰਦੇ ਹੀ ਨਹੀਂ ਸੀ ਮੱਝ, ਕਹਿੰਦੀ ਪਹਿਲੇ ਕਿਰਾਇਆ ਦਿਓ ਤੇ ਬਾਦਸ਼ਾਹ ਲੈ ਲਓ। ਯਾਰ ਇੱਦਾਂ ਕਦੋਂ ਉਹਨੇ ਕਹਿਣਾ ਮੱਝ ਨੇ, ਬਾਦਸ਼ਾਹ ਦਾ ਟੈਕਟ ਹੁੰਦਾ ਸੀ ਆਪਣਾ। ਉਹ ਦਿਨ ਕਿੱਥੇ ਰਹਿ ਗਏ ਅਸੀਂ ਤੇ ਹੁਣ ਆਹ ਸਾਹਿਬ ਰੋਲਣ ਦੇ ਆਪਣਾ ਪੂਰਾ ਕਰਨ ਡਏ ਆ। ਮੈਂ ਤੇ ਦੁਆ ਕਰਦਾ ਵੀ ਕਿਹੜਾ ਵੇਲਾ ਹੋਵੇ ਖਦਾਇਆ ਤੇ ਇਹਨੂੰ ਚੁੱਕ ਲਾ, ਬਿਮਾਰ ਬਿਮਾਰ ਸ਼ਮਾਰ ਰਹਿੰਦਾ, ਦਵਾਈ ਤਕਲੀਫ ਨਾਲ ਇਹ ਹੀ ਬਿਹਤਰ ਆ। ਇਹਦੇ ਲਈ ਮੇਰੀ ਅੱਲਾ ਨਾਲ ਫਰੈਂਕਨੈਸ ਹੈ, ਤੁਹਾਡੀ ਕੋਈ ਨਹੀਂ। ਮੈਂ ਤੇਰਾ ਭਲਾ ਹੀ ਆ, ਉਹ ਕਹਿੰਦੇ ਨਹੀਂ ਹੁੰਦੇ ਸਿਆਣੇ ਵੀ ਯਾਰ ਲਾ ਰਿਸ਼ਤੇਦਾਰ ਰਲ ਕੇ ਜਾਂਦੇ ਵੀ ਬਹੁਤਾ ਹੁਣ ਕਮਜ਼ੋਰਾ ਹੋ ਗਿਆ, ਯਾਰ ਲਾ ਇਹਨੂੰ ਪਰਦਾ ਦੇ ਦੇ। ਕਮਜ਼ੋਰਾ ਮੈਂ ਵੇਖ ਲੈ ਵੀ ਭਲਵਾਨੀ ਪੁੱਤਰ, ਮੈਂ ਤੈਨੂੰ ਬੈਠਕ ਲਾ ਕੇ ਵਿਖਾਉਣਾ। ਨਾ ਨਾ ਯਾਰ ਖਲੀਫਾ, ਖਲੀਫਾ ਬੈਠਕ ਨਾ ਲਾਈ, ਫਿਰ ਬੈਠਕ 'ਚ ਬੰਦੇ ਇਕੱਠੇ ਹੋ ਜਾਣੇ ਵੀ ਖਲੀਫੇ ਨੂੰ ਹੋਇਆ ਕੀ? ਭਲਵਾਨੀ ਕੀਤੀ ਇਹ 'ਚ ਕੋਈ ਨੀ ਮੇਰੇ ਇਹ ਖਲੀਫਾ ਬਸ ਬਸ ਆ ਜਿਹੜੀਆਂ ਤੂੰ 20 ਲਾਤੀਆਂ ਨਾ ਬੈਠਕਾਂ, ਇਹ ਹੀ ਬੜੀ 125,000 ਸਾਡੇ ਲਈ। ਕਿਹੜੀਆਂ 20? ਉਹ ਬਸ ਹੁਣ ਕਮਜ਼ੋਰਾ ਹੋ ਗਿਆ ਨਾ, ਉਹ ਇੱਕ ਨੂੰ 20 ਗਿਣਦਾ ਆ। ਆ ਮੇਰਾ ਕੁੱਕੜ ਬੋਲਿਆ, ਓਏ ਕੁੱਤਾ ਭੌਂਕਿਆ ਈ ਓਏ। ਇਹ ਕਿਹੜੇ ਕਿਤੇ ਕੁੱਕੜ ਨੂੰ ਕੁੱਤੇ ਦੀ ਪੇਂਦ ਕਰਾਈ ਆ? ਯਾ ਤੇਰਾ ਕੁੱਕੜ ਕੋ ਸਾਈਕਲ ਵਾਲੇ ਪਿੱਛੇ ਭੌਂਕਦਾ? ਨਹੀਂ, ਆਵਾਜ਼ ਉਹਦੇ ਨਾਲ ਮਿਲਦੀ ਆ, ਹੁਣ ਬਹਿ ਗਿਆ ਤੁਹਾਡੇ ਡਰ ਤੋਂ ਭੌਂਕਣ ਲੱਗ ਪਿਆ। ਬਹੁਤ ਕੁਝ ਸਿਆਣੇ ਬੰਦਿਆਂ ਦੇ ਕੋਲ ਬਹਿ ਕੇ ਨਾ ਗੱਲ ਹਜ਼ਾਰ ਦੀ ਕਰੀਦੀ ਆ, ਸਾਡੇ ਕੋਲ ਲੈ ਲਓ ਜਿਹੜਾ ਸਾਡੇ ਕੋਲ ਨਾ ਲਈਆ ਕੋਈ ਗੱਲ ਆ ਭਲੇ ਦੀ, ਸਮਝਿਆ ਨਾ, ਉਹ ਲੈ ਲਓ ਤੇ ਅਸੀਂ ਕੀ ਪਤਾ ਅੱਜ ਮਰ ਜਾਣਾ ਕੱਲ੍ਹ ਮਰ ਜਾਣਾ ਇਹਨੇ। ਬਾਦਸ਼ਾਹ ਦਾ ਵੀ ਕਹਿ ਦੇ ਉਹਨੇ ਸਟੇ ਲਿਆ। ਬਾਦਸ਼ਾਹ ਹਸਮੁੱਖ ਬੰਦਾ ਵਾ, ਇੱਦਾਂ ਦੇ ਬੰਦੇ ਦੀ ਨਾ ਸੁੱਤਿਆਂ ਪਿਆ ਮੌਤ ਹੋ ਜਾਂਦੀ, ਸੁੱਤਾ ਉੱਠਦਾ ਹੀ ਨਹੀਂ ਕਹਿੰਦੇ ਘਰ ਵਾਲੀ ਕਹਿੰਦੀ ਬੜਾ ਨੇਕ ਮੌਤ ਮਰਿਆ, ਇਹ ਨਹੀਂ ਪਤਾ ਵੀ 4 ਅਟੈਕ ਇਕੱਠੇ ਹੀ ਹੋ ਗਏ। ਅੱਛਾ ਤੁਸੀਂ ਸ਼ੁਰੂ ਤੋਂ ਤਿੰਨੇ ਮਤਲਬ 3 ਇਡੀਅਟ ਇਕੱਠੇ ਰਹੇ ਹੋ? ਨਹੀਂ, ਅਸੀਂ 5-7 ਬਾਬੇ ਇਕੱਠੇ ਹੀ ਸਾਂ, ਇੱਕ ਇੱਕ ਕਰਕੇ ਵਿਚਾਰੇ ਘਟਣਾ ਸ਼ੁਰੂ ਹੋ ਗਏ ਛੀਮਿਆਂ। ਤੇ ਹੁਣ ਕਿੰਨੇ ਰਹਿ ਗਏ ਹੋ? ਇਹ ਰਹਿ ਗਿਆ ਸਾਡੇ 'ਚ ਬਸ, ਅਸੀਂ ਤੇ ਕਹਿੰਦੇ ਆ। ਸੁਣਿਆ ਤੁਸੀਂ ਕਸਮਾਂ ਖਾਧੀਆਂ ਵੀ, ਜੀਣਾ ਵੀ ਇਕੱਠਿਆਂ ਤੇ ਮਰਨਾ ਵੀ? ਨਹੀਂ, ਅਸੀਂ ਦੇਖੋ ਜੀ ਪੱਗਾਂ ਮਟਾਈਆਂ ਸੀ ਤੁਸੀਂ? ਮੈਂ ਨਾ ਪੁੱਤ ਛੀਮਿਆ ਜਿਹੜੀ ਜਿਹੜਾ ਦੁੱਧ ਭਰਾ ਹੁੰਦਾ ਉਹ ਬਣੇ ਆ ਅਸੀਂ। ਅੱਛਾ ਅੱਛਾ, ਬਾਦਸ਼ਾਹ ਮੈਂ ਤੇ ਨੈਤਾ ਅਸੀਂ ਨੇ ਸੋਹਣਿਆ। ਤੇ ਕਿਤੇ ਸੱਪ ਸੁੱਪ ਵੀ ਤੇ ਕਿਤੇ ਕੋਈ ਜਿੰਨ ਵੇਖਿਆ ਹੋਵੇ ਆਪਣੇ ਦੌਰ 'ਚ ਤੁਸੀਂ, ਕਿਉਂਕਿ ਉਦੋਂ ਬੰਦੇ ਘੱਟ ਹੁੰਦੇ ਸੀ ਉਤੋਂ, ਤੇ ਜਿੰਨ ਹੀ ਜਿੰਨ ਤੇ ਸਾਡੇ ਨਾ ਲਾਗੇ ਨਾ ਪਿੰਡ ਦੇ ਨਾ ਕਬਰਸਤਾਨ ਸੀ ਤੇ ਹੋਇਆ ਹਾਂ ਉੱਥੋਂ, ਕੱਲ੍ਹ ਨੂੰ ਤਾਂ ਜਾਣਾ ਹੀ ਹੂੰ। ਕਬਰਸਤਾਨ ਹੁੰਦਾ ਸੀ ਪੋਤੇ, ਹੌਸਲੇ ਨਾਲ ਹੁਜਤਾ ਨਹੀਂ ਕਰੀਦੀਆਂ, ਸਿਆਣੇ ਬੰਦੇ ਦੀ ਗੱਲ ਜਿਹੜੀ ਹੈ ਨਾ ਸਕੂਨ ਨਾਲ ਸੁਣੀ। ਹੁਣ ਰਾਤ ਹਨੇਰੀ ਰਾਤ ਹੋਵੇ ਤੁਹਾਡੇ ਵਰਗੀ, ਸੁਣਾ ਲਓ ਗੱਲ ਫਿਰ ਤੁਸੀਂ ਸੁਣਾ ਲਓ। ਉਦੋਂ ਤਾਂ ਕਹਿੰਦੇ ਚਾਨਣੀਆਂ ਰਾਤਾਂ ਹੁੰਦੀਆਂ ਸੀ, ਚਾਨਣੀਆਂ ਹੁਣ ਪੋ ਮਾਘ 'ਚ ਤੈਨੂੰ ਕਿੱਥੋਂ ਚਾਨਣ ਲਿਆ ਦਾ, ਸਰਦੀ ਸੀ ਤੇ ਮੈਂ ਨਾ ਹੁਣ ਐਵੇਂ ਨਾ ਸਹਿਸਵਾਨ ਆ ਜਾ, ਅਸੀਂ ਰੋਜ਼ ਜਾਂਦੇ ਸੀ ਪਿੰਡ ਦਾ ਕਬਰਸਤਾਨ ਸੀ, ਕੋਈ ਮੁਰਦਾ ਕਿਹੜਾ ਸਾਡੇ ਤੋਂ ਕੋਈ ਜਾਣ ਪਛਾਣ ਨਹੀਂ, ਸਾਨੂੰ ਸਾਰੇ ਵਾਕਫ ਮੁਰਦੇ ਪੂਰਾ ਪਿੰਡ। ਨਹੀਂ ਨਹੀਂ, ਤੁਸੀਂ ਤੇ ਉੱਥੇ ਚੀਫ ਗੈਸਟ ਹੁੰਦੇ ਸੀ। ਯਾ ਲਤੀਫ ਪਿਆ ਵਾ, ਆ ਫਲਾਣਾ ਲਿਆਕਤ ਪਿਆ ਵਾ, ਆ ਸ਼ਮਸ਼ੀਰ
ਤੇ ਉਹਨਾਂ ਨੇ ਕਦੀ ਨਹੀਂ ਤੁਹਾਨੂੰ ਕਿਹਾ ਆ ਜਾਓ ਤੁਸੀਂ ਵੀ ਪੈ ਜਾਓ ਅੱਗੇ ਪੁੱਤ ਗੱਲ ਸੁਣੀ ਹੌਸਲਾ ਕਰ ਆ ਹੀ ਜਾਣਾ ਟਾਈਮ ਉੱਥੇ ਪੈਣਾ ਵੀ ਅਸੀਂ ਅਸੀਂ ਮੈਂ ਜਾਣ ਡਿਆ ਇੰਜ ਕਰਕੇ ਕਬਰਸਤਾਨ 'ਚ ਜਾਣ ਡਿਆ ਤੇ ਕੋਈ ਨਹੀਂ ਕਿਸੇ ਵੇਲੇ ਕੋਈ ਗੱਲ ਨਹੀਂ ਸੀ ਹੁੰਦੀ ਅਸੀਂ 20 ਵਾਰੀ ਲੰਘੀ ਦਾ ਸੀ ਤੇ ਮੈਂ ਲੰਘਣ ਡਿਆ ਤੇ ਅਚਾਨਕ ਇੱਕਦਮ ਆਵਾਜ਼ ਆਈ ਮੈਨੂੰ ਕੀ ਕਹਿੰਦੀ ਵੇ ਨੈਤਿਆ ਵੇ ਆ ਜਾ ਤੈਨੂੰ ਖੂਨ ਦਾ ਗਲਾਸ ਪਿਆਵਾਂ ਹੁਣ ਗੱਲ ਇਹ ਡਰਨ ਵਾਲੀ ਆ ਨਾ ਡਰਨ ਵਾਲੀ ਆ ਤੇ ਫਿਰ ਮੈਂ ਡਰਿਆ ਵੀ ਖੂਨ ਦਾ ਗਲਾਸ ਪਿਆ ਮੇਰਾ ਕਾਂਬਾ ਛਿੜ ਗਿਆ ਪਸੀਨੋ ਪਸੀਨੀ ਹੋ ਗਿਆ ਮੈਂ ਕਿਹਾ ਨੈਤਿਆ ਕਬਰਸਤਾਨ 'ਚ ਇਵੇਂ ਦੀ ਗੱਲ ਕਦੀ ਨਹੀਂ ਹੋਈ ਨਹੀਂ ਭੋਰਾ ਬਰਫ਼ ਪਾ ਲੈਂਦਾ ਤੂੰ ਕਾਹਦੇ ਲਈ ਤੂੰ ਮਤਲਬ ਮੈਨੂੰ ਚੜੇਲ ਨੇ ਪਿਆਉਣ ਡਈ ਸੀ ਨਾ ਕਿਹੜਾ ਵੇਟਰ ਦੇਣ ਡਿਆ ਸੀ ਉਹ ਕਹਿ ਰਹੀ ਤੈਨੂੰ ਚੜੇਲਾਂ ਦੀਆਂ ਆਵਾਜ਼ਾਂ ਕਬਰਸਤਾਨ ਦੀ ਮਿਆਉਂਦੇ ਉਹੀ ਕਬਰਸਤਾਨ ਇੱਕ ਵੱਡਾ ਕਬਰਸਤਾਨ ਉਹੀ ਉੱਥੇ ਤੇਰੀ ਜਗ੍ਹਾ ਖਲੀਫਾ ਮੇਰੀ ਜਗ੍ਹਾ ਨਹੀਂ ਉੱਥੇ ਮੇਰਾ ਵੀ ਤਰਾ ਨਿਕਲਿਆ ਸ਼ੀਮਿਆ ਨਹੀਂ ਤੇ ਫਿਰ ਤੂੰ ਕੀ ਕਿਹਾ ਵੀ ਮੈਂ ਨਹੀਂ ਪੀਣਾ ਜਾਂ ਕੀ ਕਿਹਾ ਉਹਨੂੰ ਮੈਂ ਕਿਹਾ ਇਹ ਕਿਹੜੀ ਗੱਲ ਹੋ ਗਈ ਮੈਂ ਇੰਝ ਕਰਕੇ ਨਾ ਬੜੀ ਔਖੀ ਔਖੀ ਟਰਨ ਲਈ ਮੈਂ ਔਖੀ ਟਰਨ ਕਿੱਥੇ ਜਿੰਨ ਚੜੇਲਾਂ ਬੰਦਾ ਵਹਿੰਦਾ ਹੀ ਨਹੀਂ ਮੈਂ ਇੰਝ ਕਰਕੇ ਜਦੋਂ ਵੇਖਿਆ ਸ਼ੀਮੇ ਪੁੱਤ ਅੱਲਾ ਨੂੰ ਜਾਣ ਦੇਣੀ ਇਹਨੇ ਤੇ ਮੈਂ ਹੀ ਕਿਉਂ ਦੇਣੀ ਹਰ ਵਾਰੀ ਜਾਣ ਆ ਦੰਦ ਉਹਦੇ ਇੱਥੇ ਆਏ ਬੰਦਾ ਵੈਸੇ ਕਰਵਾ ਜਾਂਦਾ ਏਡੇ ਦੰਦ ਤੇ ਵਾਲ ਉਹਦੇ ਕੰਘਰੀਲੇ ਇੱਥੇ ਇੰਝ ਅੱਖਾਂ ਉਹਦੀਆਂ ਫਿਰੀਆਂ ਹੋਈਆਂ ਪੈਰ ਪਿੱਛੇ ਨੂੰ ਮੁੜੇ ਹੋਏ ਹੱਥ 'ਚ ਨਾ ਲਹੂ ਦਾ ਗਲਾਸ ਖੱਬੇ ਹੱਥ ਗਲਾਸ ਸੀ ਤੇ ਸੱਜੇ ਹੱਥ ਨਾਲ ਨਾ ਨਿੰਬੂ ਨਾ ਮਾੜਾ ਮਾੜਾ ਨਿਚੋੜਨ ਡਈ ਲੈਮਨ ਮਾਰਗਰੀਟਾ ਬਣਾ ਰਹੀ ਸੀ ਉਹ ਨਹੀਂ ਖਲੀਫਾ ਨੈਤਾ ਮਾਰਗਰੀਟਾ ਮੈਂ ਕਿਹਾ ਨੈਤਿਆ ਅੱਜ ਤੇਰਾ ਟਾਈਮ ਹੀ ਉਹ ਬਹਾਦਰੀ ਵਿਖਾਉਣ ਦਾ ਵਾਹ ਵੀ ਜੇ ਤੂੰ ਅੱਜ ਤਰਾਹ ਨਿਕਲ ਗਿਆ ਨਾ ਤੇਰਾ ਤੂੰ ਨੀ ਉਹ ਮੁੜ ਕੇ ਜੀਂਦਾ ਸਮਝਦਾ ਨਾ ਅੱਜ ਹੀ ਬਹਾਦਰੀ ਵਿਖਾਉਣ ਦਾ ਟਾਈਮ ਫਿਰ ਮੈਂ ਨਾ ਜੁੱਤੀ ਹੀ ਪਾਈ ਬਸ ਫਿਰ ਮੈਂ ਜੁੱਤੀ ਚੁੱਕੀ ਜਿਵੇਂ ਜੀਓ ਤੇ ਲਾਈ ਬਗਲੇ ਤੇ ਪਹਿਲੇ ਸਾਹ ਹੀ ਮੈਂ ਪਹੁੰਚਿਆ ਪਿੰਡ ਐਵੇਂ ਇੰਨਾ ਤੂੰ ਕਰਵਾ ਗਿਆ ਉੱਥੇ ਕੱਪੜੇ ਲਾ ਦੇ ਉਹਨੇ ਦੌੜ ਜਾਣਾ ਸੀ ਚੜੇਲ ਚੜੂ ਲਾਵੇ ਤੇ ਕੱਪੜੇ ਲਾ ਦੇ ਅੱਗੋਂ ਦੌੜ ਜਾਂਦੀ ਬੱਲੇ ਵੀ ਉਹ ਕੱਪੜੇ ਵੀ ਲੈ ਜਾਂਦੀ ਮੈਂ ਨੰਗਾ ਤੁਰਿਆ ਫਿਰਦਾ ਪਿੰਡ ਕਬਰਸਤਾਨ ਦੀ ਗੱਲ ਪਿਆ ਸੁਣਾਉਂਦਾ ਉੱਥੋਂ ਮੈਂ ਲੰਘਿਆ ਇੱਕ ਦਿਨ ਰਾਤੀ ਕੋਈ 3 ਕੁਏ ਦਾ ਪਾਣੀ ਲਾ ਕੇ ਜ਼ਮੀਨ ਨੂੰ ਵਾਪਸ ਪਿਆਵਾਂ ਮੈਂ ਮੈਨੂੰ ਕਬਰ 'ਚ ਆਵਾਜ਼ ਆਈ ਉਹ ਖਲੀਫਾ ਸਲਾਮ ਅਲੈਕਮ ਮੇਰਾ ਤਾਂ ਨਿਕਲ ਗਿਆ ਤਰਾਹ ਮੈਂ ਥੋੜ੍ਹਾ ਜਿਹਾ ਪਰੇ ਹੋ ਕੇ ਨਾ ਕਬਰ ਦੀ ਕੰਧ ਕੋਲ ਬਿਲਕੁਲ ਨਾਲ ਲੱਗ ਗਿਆ ਮੇਰੇ ਸਾਹ ਨਾ ਰਲੇ ਨਹੀਂ ਹੁੰਦਾ ਹੁੰਦਾ ਏਦਾਂ ਕਬਰੇ ਆ ਮੁਰਦੇ ਆ ਮੈਂ ਕਿਹਾ ਅੱਲਾ ਖੈਰ ਕਰੇ ਲੱਗਦਾ ਟਾਈਮ ਆ ਗਿਆ ਬੁਲਾਉਣ ਦਾ ਉਹ ਕੰਧ ਦੇ ਉੱਤੋਂ ਓਲੇ ਨਾਲ ਮੈਂ ਇੰਝ ਵੇਖਿਆ ਤੇ ਨਸ਼ੇਈ ਔਂਤਰਾ ਮੈਨੂੰ ਕਹਿਣ ਡਿਆ ਮੈਨੂੰ ਮਾਚਸ ਦੇ ਮੈਂ ਕਬਰ ਦੇ ਵਿੱਚ ਬੈਠਾ ਓਏ ਉਹ ਨਸ਼ੇਈ ਹੁੰਦੇ ਸੀ ਨਾ ਸਿਗਰਟ ਪਾਣੀ ਪੀਣ ਵਾਲੇ ਖਲੀਫਾ ਓਏ ਕਬਰਾਂ 'ਚ ਵੜ ਕੇ ਤੇ ਨਾ ਪੀਣ ਔਂਤਰੇ ਕਿਤੇ ਬਾਹਰ ਓਏ ਹਰ ਜਾਣਾ ਤੇ ਉੱਥੇ ਹੀ ਆ ਨਾ ਤੇ ਉੱਥੇ ਬਹਿ ਕੇ ਪੀ ਲੈਣਾ ਸਗੋਂ ਚੰਗਾ ਹੀ ਆ ਛੇਤੀ ਤਿਆਰੀ ਹੋ ਜਾਂਦੀ ਉਹ ਪੁੱਤੋ ਗੱਲਾਂ ਨਹੀਂ ਰਹੀਆਂ ਉਹ ਹਯਾ ਨਹੀਂ ਦੇ ਉਹ ਨਹੀਂ ਰਹਿਣਾ ਉਹ ਨਹੀਂ ਦੌਰ ਇਹ ਵਧੀਆ ਵਾ ਖਲੀਫਾ ਜੀ ਦੇਖੋ ਤੁਸੀਂ ਅਮਰੀਕਾ ਵੀ ਜਾਣਾ ਨਾ ਤੁਸੀਂ ਜਹਾਜ਼ 'ਚ ਬੈਠੇ ਤੇ ਉਹ ਗਏ ਉਦੋਂ ਤਾਂ ਸਫ਼ਰ ਹੀ ਨੇ ਘੋੜਿਆ ਤੇ ਤੁਸੀਂ ਬਹਿ ਬਹਿ ਕੇ ਲਾਗੇ ਲਵਾ ਲੈਂਦੇ ਸੀ ਛੀਮੇ ਪੁੱਤ ਤੁਸੀਂ ਪੁੱਠੇ ਸੌਂਦੇ ਸੀ ਛੀਮੇ ਪੁੱਤ ਸਟੈਮਿਨਾ ਨਹੀਂ ਰਹਿ ਗਿਆ ਬਜ਼ੁਰਗੋ ਸੜਕਾਂ ਬਣਾਤੀਆਂ ਗੌਰਮੈਂਟ ਨੇ ਵੇਖੋ ਹੈ ਕਿਸੇ ਕੁੱਤੇ ਦੀ ਗੱਲ ਸੁਣੂਗਾ ਆਪਣੀ ਬਕਵਾਸ ਡਿਆ ਕਰ ਸਿਆਣਿਆਂ 'ਚ ਬਹਿਣ ਦਾ ਬੜਾ ਚਾਅ ਆ ਮੋਟਰਵੇ ਬਣ ਗਈ ਆ ਤੁਸੀਂ ਇੱਥੋਂ 3-3.5 ਘੰਟੇ ਇਸਲਾਮਾਬਾਦ ਇਸਲਾਮਾਬਾਦ ਉਦੋਂ ਤੁਹਾਡੇ ਲਈ ਇੰਝ ਹੁੰਦਾ ਸੀ ਜੇ ਤੁਸੀਂ ਕੈਨੇਡਾ ਜਾਣਾ ਲਓ ਸੜਕਾਂ ਗੱਲ ਤੇ ਜਿਹੜਾ ਤੂੰ ਕਹਿਣ ਡਿਆ ਨਾ ਪੁੱਤਰ ਕੇ ਇੱਥੋਂ ਜਹਾਜ਼ 'ਚ ਬਹਿਣਾ ਤੇ ਅਮਰੀਕਾ ਟੁਰ ਜਾਣਾ ਸਾਡਾ ਦੌਰ ਵਧੀਆ ਸੀ ਕੀ ਉਦੋਂ ਜਾਂਦਾ ਹੀ ਕੋਈ ਨਹੀਂ
ਜਹਾਜ਼ 'ਚ ਕਿਸੇ ਦਾ ਸੋਚ ਨਹੀਂ ਹੁੰਦੀ ਜਾਂਦੇ ਸੀ ਉਹ ਬੈਰੀ ਜਹਾਜ਼ਾਂ 'ਚ ਜਾਂਦੇ ਸੀ ਲੋਕ ਬੈਰੀ ਜਹਾਜ਼ ਤਿੰਨ ਮਹੀਨੇ ਪਹੁੰਚਦੇ ਸੀ ਉਦੋਂ ਪੁੱਤ ਖੁਰਾਕਾਂ ਚੰਗੀਆਂ ਹੁੰਦੀਆਂ ਸੀ ਸਾਡੇ ਵੇਲੇ ਦੇਸੀ ਘਿਓ ਖਾਣੇ ਛੁੜਾ ਦੇ ਨੈਤਿਆ ਤੇਰੇ ਡੇਰੇ ਤੇ ਬਹਿ ਕੇ ਪੀਣ ਡਿਆ ਬਾਦਸ਼ਾਹ ਕਿਸੇ ਦਿਨ ਹੁਣ ਨਾ ਵੇਲਾ ਆਉਣਾ ਆ ਕਿ ਤੈਨੂੰ ਇੱਥੇ ਵੱਜਣੀਆਂ ਚਪੇੜਾਂ ਸੀਟਾਂ ਤੋਂ ਸਾਰਾ ਪਿੰਡ ਇਕੱਠਾ ਹੋਊਗਾ ਵੀ ਆਹ ਬਾਦਸ਼ਾਹ ਨੂੰ ਚਪੇੜਾਂ ਵੱਜਣ ਡਈਆਂ ਤੁਸੀਂ ਨਹੀਂ ਪੀਂਦੇ ਮੈਂ ਛੱਡ ਗਿਆ ਹੁਣ ਮੈਨੂੰ ਜਦੋਂ ਨਾ ਸਾਹ ਦਾ ਹੋਇਆ ਨਾ ਮਸਲਾ ਮੈਂ ਨਹਿਰ 'ਚ ਮਾਰੀ ਛਾਲ ਅੱਧ 'ਚ ਡੁੱਬਣ ਲੱਗਾ ਸਾਂ ਬੱਚਿਆਂ ਨਹਿਰ ਤੋਂ ਖਲੀਫਾ ਗੱਲ ਯਾਦ ਆਈ ਪੁੱਤ ਵੀ ਉਹ ਨਹਿਰਾਂ ਹੀ ਨਹੀਂ ਰਹੀਆਂ ਓਏ ਉਹ ਯਾਰ ਤੂੰ ਡੁੱਬਣ ਵਾਲੀ ਗੱਲ ਕਰ ਉਹੀ ਨਹੀਂ ਪਾਣੀ ਸੀਗਾ ਨਹਿਰਾਂ 'ਚ ਉਦੋਂ ਦੋ ਸੋਡਾ ਹੁੰਦਾ ਸੀਗਾ ਤਾਇਆ ਫਿਰ ਗੁੱਸਾ ਤੂੰ ਆਪ ਚੜਾਉਂਦਾ ਉਹ ਗੁੱਸਾ ਨਹੀਂ ਪੁੱਤ ਨਹਿਰਾਂ 'ਚ ਪਾਣੀ ਨਹੀਂ ਆਉਣਾ ਚਸ਼ਮਿਆਂ ਦਾ ਐਂ ਵਗਦਾ ਵਗਦਾ ਨਹਿਰਾਂ 'ਚ ਹੀ ਆਉਣਾ ਹੋਰ ਤੈਨੂੰ ਗਵਾਂਢੀਆਂ ਵੱਲੋਂ ਪਾਣੀ ਆਉਣਾ ਐਂ ਨਹਿਰਾਂ 'ਚੋਂ ਪਾਣੀ ਆਉਣ ਡਿਆ ਕਿ ਪਾਣੀ ਕਦੀ ਐਂ ਨਹੀਂ ਜਾਣ ਡਿਆ ਕਈ ਐਂ ਨਹੀਂ ਜਾਣ ਡਿਆ ਹੁਣ ਵੀ ਉੱਧਰ ਹੀ ਜਾਂਦਾ ਵਾ ਤੂੰ ਵੇਖ ਤੇ ਸਹੀ ਹੁਣ ਤੂੰ ਕਦੀ ਪਾਣੀ ਦੇ ਲਾਗੇ ਹੀ ਨਹੀਂ ਗਿਆ ਅਸੀਂ ਉਹ ਨਹਿਰਾਂ ਨੂੰ ਬੂਟੀਆਂ ਨੂੰ ਖੈਂਦੇ ਹੋਏ ਉਹਨੇ ਨਹਿਰਾਂ 'ਚ ਆਉਣਾ ਹਾਂ ਇਹ ਆ ਸ਼ਿਫਾਵਾਂ ਉੜੀਆਂ ਸਾਡੇ ਨਾਲ ਦੌਰ ਘਟਾ ਸਾਰੀਆਂ ਨਾਲੀਆਂ ਨਾਲੇ ਗਟਰ ਤੁਸੀਂ ਨਹਿਰਾਂ ਹੀ ਛੁੱਟਦੇ ਆ ਇਹ ਗੱਲ ਖਲੀਫਾ ਮੰਨਣ ਵਾਲੀ ਬਾਕੀ ਪੁੱਤ ਉਹਨਾਂ ਚੰਗੇ ਦੌਰ ਖੁਰਾਕਾਂ ਚੰਗੀਆਂ ਹੁੰਦੀਆਂ ਮੇਰਾ ਨਾ ਸਾਹ ਬੜਾ ਪੱਕਾ ਸੀ ਨਹੀਂ ਤੁਹਾਡਾ ਰੰਗ ਵੀ ਪੱਕਾ ਸੀ ਇਹ ਤਾਂ ਹੁਣ ਹੋ ਗਿਆ ਬਿਮਾਰੀਆਂ ਨਾ ਜਦੋਂ ਦੀ ਘੋਲ ਛੱਡੀ ਕਬੱਡੀ ਛੱਡੀ ਆ ਨਾ ਸ਼ੁਕਰ ਆ ਕੋਈ ਚੀਜ਼ ਛੱਡੀ ਆ ਤੂੰ ਪਿੰਡ 'ਚ ਕੋਈ ਚੀਜ਼ ਛੱਡਦਾ ਹੀ ਨਹੀਂ ਸੀ ਕਿੰਨੇ ਛੱਡਿਆ ਘੋਲ ਮੈਂ ਆਪਣੀ ਗੱਲ ਕਰਦਾ ਖਲੀਫਾ ਤੇ ਜਦੋਂ ਮੈਂ ਕਿਹਾ ਸੀ ਉਦੋਂ ਕੀ ਮੌਤ ਪਈ ਸੀ ਤੈਨੂੰ ਤੁਸੀਂ ਕਿਸੇ ਟਾਈਮ ਕਦੇ ਖਾਲੇ ਤੇ ਗਏ ਹੋਵੋਗੇ ਇੱਕ ਫੇਰ ਹੀ ਆ ਨਾ ਤੂੰ ਤੇ ਘਰ ਬੈਠਾ ਮੇਰੇ ਪਿਓ ਨੇ ਮੈਨੂੰ ਸਟਾਰਟ ਬਚਪਨ 'ਚ ਮੈਨੂੰ ਦੇਸੀ ਘਿਓ ਮੱਖਣ ਖਵਾਏ ਮੇਰੇ ਪੁੱਤਰ ਨੇ ਭਲਵਾਨ ਬਣਨਾ ਅਸੀਂ ਵੀ ਪਿੰਡ 'ਚ ਹੀ ਕਿਹੜੇ ਵੇਲੇ ਤੈਨੂੰ ਚੋਰੀ ਖਵਾਉਂਦਾ ਰਿਹਾ ਚੋਰੀ ਨਹੀਂ ਹੁਣ ਕਰਦਾ ਹੁਣ ਪੁੱਤ ਇੰਜ ਨਾ ਇੰਜ ਸਾਡੇ ਨਾਲ ਦਰਿਆ ਵਗਦਾ ਸੀ ਡੈਡੀ ਇੱਧਰ ਆ ਜਾ ਇੱਧਰ ਤੂੰ ਵੀ ਇੱਧਰ ਆ ਜਾ ਗੱਲ ਸੁਣਨ ਵਾਲੀ ਤਾਏ ਦੀ ਇੰਜ ਨਾ ਇੰਜ ਕਰਕੇ ਨਾ ਦਰਿਆ ਵਗਣ ਡਿਆ ਪਹਿਲੇ ਨਹਿਰ ਸੀ ਤੇ ਹੁਣ ਦਰਿਆ ਹੋ ਗਿਆ ਕੀ ਗੱਲ ਹੈ ਇਹ ਦਰਿਆਵਾਂ 'ਚੋਂ ਨਹਿਰਾਂ ਆਉਂਦੀਆਂ ਕਿ ਨਹਿਰ 'ਚੋਂ ਦਰਿਆ ਜਾਂਦਾ ਹੈ ਇਹਨੇ ਨਹਿਰ ਤੋਂ ਖਲੀਫਾ ਫਿਰ ਨਾਲੀ ਤੱਕ ਆ ਜਾਣਾ ਮੈਂ ਤੈਨੂੰ ਦੱਸਾਂ ਉੱਥੋਂ ਫਿਰ ਗਾਲੀ ਤੱਕ ਆ ਜਾਣਾ ਤੇ ਗੱਲ ਵੱਜ ਜਾਣੀ ਮੈਂ ਇੰਜ ਕਰਕੇ ਨਾ ਘਰੋਂ ਜਿੱਦਣ ਕਿ ਦਿਲ 'ਚ ਆਉਣਾ ਨਾ ਮੈਂ ਕਿਹਾ ਨਹਿਰ ਤੇ ਅੱਜ ਨਾ ਡੂੰਘੇ ਪਾਣੀ 'ਚ ਨਹਾਉਣਾ ਆ ਹੈ ਤੁਹਾਨੂੰ ਪਤਾ ਦਰਿਆ ਜਿਹੜਾ ਹੁੰਦਾ ਆ ਦਰਿਆ ਦਾ ਕੋਈ ਪੰਧ ਹੁੰਦਾ ਕੋਈ ਪਾੜ ਹੁੰਦਾ ਪਤਾ ਨਹੀਂ ਇੱਥੋਂ ਕਿੰਨਾ ਇੱਥੋਂ 2 ਫੁੱਟ ਦਰਿਆ ਵਾ ਇੱਥੋਂ ਹੋਵੇ 2.5 ਫੁੱਟ ਤੁਸੀਂ ਤੇ ਮਰ ਗਏ ਤੇ ਤੁਹਾਡਾ ਤੇ ਪਤਾ ਹੀ ਮੈਂ ਇੰਜ ਕਰਕੇ ਨਾ ਕੜਾਪ ਕਰਦੀ ਵਿੱਚ ਛਾਲ ਮਾਰਨੀ ਤੇ ਪਾਣੀ ਨੇ ਸਾਰ ਨੱਕ ਫੜ ਲੈਣਾ ਆ ਨਹੀਂ ਖਲੀ ਇਹਨਾਂ ਨੇ ਇਹ ਨੱਕ ਫੜ ਕੇ ਬਸ ਨੱਕ ਫੜ ਲੈਣਾ ਤੇ ਮੈਂ ਨਾ ਮਾਣੋ ਚਾਲ ਅੰਮ੍ਰਿਤਸਰ ਤੋਂ ਇੰਜ ਕਰਕੇ ਵਿੱਚ ਛਾਲ ਮਾਰਨੀ ਹਾਏ 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 ਤੇ ਜਾ ਕੇ ਨਿਕਲਣਾ ਇੰਜ ਕਰਕੇ ਲਾਹੌਰ ਤੇ ਬਾਹਰ ਸਾਡੇ ਰਿਸ਼ਤੇਦਾਰ ਖਲੋਤੇ ਹੋਣੇ ਉਹਨਾਂ ਨਾਲ ਹੈਲੋ ਹੈਲੋ ਕਰਕੇ ਕਹਿਣਾ ਬਾਹਰ ਆ ਜਾ ਤੇਰਾ ਚਲਾਨ ਹੋ ਗਏ ਹੈਲੋ ਹੈਲੋ ਕਰਕੇ ਉਦੋਂ ਪੁੱਛ ਪੱਛ ਕੇ ਪਾਕਿਸਤਾਨ ਇੰਡੀਆ ਇੱਕੋ ਹੀ ਸੀ ਪੋਤੇ ਕੀ ਹੁੰਦਾ ਸੀ ਆ ਤੇ ਸਾਨੂੰ ਸਰਹੱਦਾਂ ਨੇ ਲੈ ਲਿਆ ਬਾਰਡਰਾਂ ਨੇ ਮਾਰ ਲਿਆ ਮੈਂ ਤੇ ਬਾਦਸ਼ਾਹ ਟੱਪ ਜਾਂਦੇ ਹੁੰਦੇ ਸਾਂ ਘੋੜੀ ਤੇ ਬਹਿ ਕੇ ਆ ਸਾਡੇ ਯਾਰ ਹੋਣੇ ਸਰਦਾਰ ਇਹ ਖਲੋਤੀ ਤੇ ਟੱਪਦਾ ਸੀ ਬਾਦਸ਼ਾਹ ਬੈਠੀ ਤੇ ਟੱਪਦਾ ਯਾਰ ਬਾਰਡਰ ਲੰਘ ਜਾਣਾ ਨੈਤਿਆ ਤੂੰ ਵੀ ਨਾਲ ਹੀ ਸੈਂ ਉੱਥੇ ਕਿੰਨੇ ਸਾਡੇ ਆਪਣੇ ਜਿਹੜੇ ਸਰਦਾਰ ਭਰਾ ਬੁੱਢੇ ਹੋ ਗਏ ਉਹ ਵੀ ਕਈ ਟੁਰ ਗਏ ਕਈ ਹੈਗੇ ਚੱਲ ਚੱਲ ਹੌਸਲਾ ਤੂੰ ਵੀ ਉੱਥੇ ਹੀ ਜਾਣਾ ਹੌਸਲਾ ਕਰ ਕੋਈ ਛੇਤੀ ਨਹੀਂ ਕਰਨ ਡਿਆ ਤੂੰ ਭੇਜਣ ਦੀ ਉਹ ਕੀ ਕਰਨਾ ਬਿਮਾਰੀ ਸ਼ਮਾਰੀ ਨਾ ਖਲੀਫਾ ਮਰਨ ਡਿਆ ਆ ਅੱਲਾ ਸ਼ਫਾ ਦੇਗਾ ਯਾਰ ਤੇ ਹੁਣ ਬਹਿ ਨਾ ਗੱਲ ਇਹ ਆ ਕਿ ਪਿਆਰ ਮੁਹੱਬਤ ਨਾਲ ਹੀ ਰਿਹਾ ਕਰੋ ਟਾਈਮ ਕੋਈ ਨਹੀਂ ਜੇ ਹੁਣ ਤੁਹਾਡੇ ਕੋਲ ਬਸ ਟਾਈਮ ਜਿਹੜੇ ਵੇਲੇ ਆਉਣਾ ਆ ਉਹ ਇਹਦਾ ਆ ਜਾਣਾ ਸਾਨੂੰ ਕਾਹਦਾ ਰੌਲਾ ਆ ਪਹੁੰਚੋ ਫਰਿਸ਼ਤਾ ਮੇਰੇ ਵਾਲੀ ਕਿਉਂ ਆ ਤੈਨੂੰ ਸਿਖਾਲਾ ਹੋਜੂ ਕੰਮ ਆ ਜਿਹੜੇ ਪੁੱਤ ਤੈਨੂੰ ਮੂੰਹ ਨਹੀਂ ਲਾਉਂਦੇ ਉਹ ਤੇਰੇ ਤੋਂ ਬਾਅਦ ਫਿਰ ਉਹਨਾਂ ਨੇ ਰੋਣਾ ਹੀ ਪਿੱਟਣਾ ਹੀ
ਫੇਰ ਫਾਇਦਾ ਉਦੋਂ ਫਾਇਦਾ ਮੈਨੂੰ ਤੇ ਕੋਈ ਫਾਇਦਾ ਨਾ ਸਿਆਣੇ ਆਂਦੇ ਨਹੀਂ ਸਿਆਣੇ ਮਿਸਾਲਾਂ ਬਣੀਆਂ ਉਹ ਨਹੀਂ ਸਿਆਣੇ ਵੀ ਕਿਸੇ ਟਾਈਮ ਐਵੇਂ ਗੱਲ ਕਰਦੇ ਤੇ ਉਹ ਗੱਲ ਹੈ ਨਹੀਂ 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 ਸਹੀ ਗੱਲਾਂ ਵੱਡੇ ਬਹੁਤ ਸਹੀ ਨਹੀਂ ਹੁਣ ਦੇਖੋ ਨਾ 2 ਘੰਟੇ ਹੋ ਗਏ ਬੈਠੇ ਆ ਸਿਆਣਿਆਂ ਨੂੰ ਕੋਈ ਆਇਆ ਵੀ ਚਲੋ ਕੋਈ ਰੋਟੀ ਕੋਈ ਚਾਹ ਕੋਈ ਬੱਚੇ ਆਏ ਬੋਲਦਾ ਪੁੱਤ ਗੱਲਾਂ 'ਚ ਹੀ ਸਾਨੂੰ ਤੈਨੂੰ ਪੁੱਛਿਆ ਹੀ ਨਹੀਂ ਗਾ ਤੂੰ ਡੇਰੇ ਆਇਆ ਸਾਡੇ ਕੀ ਖਾ ਪੀ ਕੇ ਆਇਆ ਘਰੋਂ ਅਕਲ ਕਰੀ ਦੀ ਆਖਰ ਸ਼ਹੀਦੇ ਦਾ ਮੁੰਡਾ ਚੀਮਿਆ ਹਾਂ ਜੀ ਪੁੱਤਰ ਦੱਸ ਮੇਰਾ ਕੀ ਲਿਆਏਗਾ ਸਾਡੇ ਵਾਸਤੇ ਮੈਂ ਤੁਹਾਡੇ ਦੀ ਨਾਨ ਟਿੱਕੀਆਂ ਲਿਆਇਆ ਉੱਥੋਂ ਭਸੀਨ ਪਿੰਡ ਤੋਂ ਅੱਛਾ ਹਾਂ ਲਿਆ ਫਿਰ ਸ਼ੁਰੂ ਕਰੀਏ ਉਹ ਮੇਰੇ ਕੁੱਕੜ ਦੀ ਆਵਾਜ਼ ਆਈ ਮੇਰਾ ਕੁੱਕੜ ਹੈਗਾ ਯਾਰ ਇੱਥੇ ਹੋਰ ਵੀ ਕੁੱਕੜ ਹੈਗੇ ਨੇ ਪੁੱਤਰ ਇਕੱਲਾ ਤੇਰਾ ਹੀ ਕੁੱਕੜ ਬੋਲਦਾ ਪੂਰੇ ਪਿੰਡ 'ਚ ਕੁੱਕੜੇ ਦੇ ਪੁੱਤ ਕੁੱਕੜ ਤੋਂ ਛਿੰਝ ਨਾ ਪਾਈ ਕਿਉਂ ਇਹ ਨਾ ਤੁਸੀਂ ਨਾ ਮੈਨੂੰ ਗੱਲਾਂ 'ਚ ਲਾ ਕੇ ਨਾ ਤੇ ਮੇਰਾ ਕੁੱਕੜ ਇੱਧਰ ਉੱਧਰ ਕਰਵਾਤਾ ਤੇ ਇਹ ਨਹੀਂ ਹਿਸਾਬ ਲਾਉਣਾ ਵੀ ਅਸੀਂ ਨਾ ਹੁਣ ਬੁੱਢੇ ਹੋ ਗਏ ਹਾਂ ਤੇ ਸਾਡੇ ਕੋਈ ਮਾੜਾ ਮੋਟਾ ਜਾਣ ਅਸੀਂ ਤੇਰੇ ਜੋਗਾ ਮੈਂ ਆਈਏ ਵੀ ਹੈਗਾ ਵਾ ਤੇ ਇਹ ਨਾ ਸਮਝੀ ਵੀ ਆ ਜਿਹੜੇ ਹੱਥ ਵਿਆ ਨਾ ਇਹ ਤੇਰੇ ਤੂੰ ਲਾ ਕੁੱਕੜ ਨੂੰ ਹੱਥ ਮੈਂ ਤੁਹਾਡੀ ਹਯਾ ਕਰਨਾ ਤੁਸੀਂ ਮੇਰੇ ਬਜ਼ੁਰਗ ਹੋ ਤੇ ਜੇ ਤੁਸੀਂ ਏਡੇ ਜੇ ਤੁਸੀਂ ਹੈ ਜੇ ਨਾ ਤੇ ਫਿਰ ਫੜ ਲਓ ਮੈਨੂੰ ਮੈਂ ਚੱਲਾਂ ਕੁੱਕੜ ਦਾ ਹੈਲੋ ਓਏ ਕੁੱਕੜ ਮੇਰਾ